ਉਹ ਸਿੱਖਾਂ ਦੇ ਹਥਿਆਰਬੰਦ ਸੰਘਰਸ਼ ਤੋਂ ਬਾਅਦ ਬੌਧਿਕ ਪੱਧਰ ਦੇ ਹਮਲਿਆਂ ਦੇ ਬਾਰੇ ਹੈ ਕਿ 1990 ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਸਾਡੀ ਵਿਚਾਰਧਾਰਾ ਇਤਿਹਾਸ ਫਲਸਫੇ ਗੁਰਮਤਿ ਅਤੇ ਗੁਰਬਾਣੀ ਦੀ ਵਿਚਾਰਧਾਰਾ ਦੇ ਉੱਪਰ ਬੌਧਿਕ ਔਸ਼ ਨੈਤਿਕ ਹਮਲੇ ਕੀਤੇ ਗਏ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼, ਕਿਸੇ ਵੀ ਰਾਜ ਦੀ ਸਥਾਪਨਾ ਦੇ ਵਾਸਤੇ ਚਾਰ ਚੀਜ਼ਾਂ ਦਾ ਹੋਣਾ ਬੜਾ ਜ਼ਰੂਰੀ ਹੈ। ਸਾਜ਼ ਮਟੀਰੀਅਲਿਜ਼ਮ, ਬਾਜ਼ ਨੀਤੀ, ਫੌਜ ਰੱਖਿਆ ਪ੍ਰਣਾਲੀ ਅਤੇ ਫਰਸ਼ ਜ਼ਮੀਨ। ਦੁਨੀਆ ਦਾ ਕੋਈ ਦੇਸ਼ ਐਸਾ ਨਹੀਂ ਜਿਹੜਾ ਇਹਨਾਂ ਚਾਰ ਚੀਜ਼ਾਂ ਤੋਂ ਬਿਨਾਂ ਸਿਰਜਿਆ ਜਾ ਸਕੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਬਹੁਤ ਹੀ ਸਤਿਕਾਰਯੋਗ ਹਾਜ਼ਰੀਨ, ਆਓ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਮੈਨੂੰ ਵਿਸ਼ਾ ਦਿੱਤਾ ਗਿਆ ਹੈ ਉਹ ਸਿੱਖਾਂ ਦੇ ਹਥਿਆਰਬੰਦ ਸੰਘਰਸ਼ ਤੋਂ ਬਾਅਦ ਬੌਧਿਕ ਪੱਧਰ ਦੇ ਹਮਲਿਆਂ ਦੇ ਬਾਰੇ ਹੈ ਕਿ 1990 ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਸਾਡੀ ਵਿਚਾਰਧਾਰਾ ਇਤਿਹਾਸ ਫਲਸਫੇ ਗੁਰਮਤਿ ਅਤੇ ਗੁਰਬਾਣੀ ਦੀ ਵਿਚਾਰਧਾਰਾ ਦੇ ਉੱਪਰ ਬੌਧਿਕ ਔਸ਼ ਨੈਤਿਕ ਹਮਲੇ ਕੀਤੇ ਗਏ। ਇਹਨਾਂ ਹਮਲਿਆਂ ਨੂੰ ਸਮਝਣ ਦੇ ਵਾਸਤੇ ਮੈਂ ਆਪਣੇ ਪ੍ਰਕਰਨ ਨੂੰ ਉੱਥੋਂ ਹੀ ਸ਼ੁਰੂ ਕਰੂੰਗਾ ਕਿਉਂਕਿ ਜਿਹੜੀ ਦਰਸ਼ਨ ਦੀ ਗੱਲ ਸਿੰਘ ਸਾਹਿਬ ਹੁਣਾਂ ਨੇ ਕੀਤੀ ਹੈ ਬੜੀ ਅਹਿਮ ਹੈ। ਜਿੰਨਾ ਚਿਰ ਤੱਕ ਇਸ ਗੱਲ ਦੀ ਸੋਝੀ ਨਹੀਂ ਹੈ ਸਾਨੂੰ ਸ਼ਬਦ ਦੀ, ਉਹਨਾਂ ਚਿਰ ਤੱਕ ਅਸੀਂ ਵਿਰੋਧੀ ਵੱਲੋਂ ਕੀਤੇ ਜਾ ਰਹੇ ਹਮਲੇ ਦੀ ਸ਼ਨਾਖਤ ਅਤੇ ਉਸਦੀ ਪਛਾਣ ਨਹੀਂ ਕਰ ਸਕਦੇ। ਫਿਰ ਉਹ ਪਛਾਣ ਕਿਸ ਤਰ੍ਹਾਂ ਹੋਵੇ? ਜਨਮ ਸਾਖੀ ਜਿਸ ਨੂੰ ਅਸੀਂ ਪੁਰਾਤਨ ਸਰੋਤਾਂ ਦੇ ਵਿੱਚ ਹਾਫਿਜ਼ਾਬਾਦ ਵਾਲੀ ਜਨਮ ਸਾਖੀ ਵੀ ਕਹਿੰਦੇ ਹਾਂ, ਇਸ ਸਮੇਂ ਦੇ ਵਿੱਚ ਉਹਦਾ ਅਸਲੀ ਖਰੜਾ ਤੁਹਾਡੇ ਇੱਥੇ ਲੰਡਨ ਦੇ ਵਿੱਚ ਪਿਆ ਹੋਇਆ ਹੈ। ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਉਸ ਮੂਲ ਜਨਮ ਸਾਖੀ ਨੂੰ ਮਿਸਟਰ ਕਾਲਬਰੁੱਕ ਇੱਥੇ ਲੈ ਕੇ ਆਇਆ ਸੀ, ਇਸ ਕਰਕੇ ਉਸਨੂੰ ਕਾਲਬਰੁੱਕ ਵਾਲੀ ਜਨਮ ਸਾਖੀ ਵੀ ਆਖਦੇ ਨੇ। ਉਹਦੇ ਵਿੱਚ ਇੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਾਰਤਾਲਾਪ ਅਤੇ ਪ੍ਰਮਾਣ ਦਾ ਜ਼ਿਕਰ ਬੜਾ ਅਹਿਮ ਹੈ। ਘਟਨਾ 1520 ਦੇ ਕਰੀਬ ਦੀ ਬਣਦੀ ਹੈ। ਗੁਜਰਾਤ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅਤੇ ਭਾਈ ਮਰਦਾਨਾ ਜੀ। ਗੁਜਰਾਤ ਇਹ ਵਾਲਾ ਗੁਜਰਾਤ ਨਹੀਂ ਜਿਹੜਾ ਅੱਜ ਹਿੰਦੁਸਤਾਨ ਦੇ ਵਿੱਚ ਹੈ, ਰਾਮ ਗੋਪਾਲ ਗੁੱਜਰ ਦਾ ਵਸਾਇਆ ਹੋਇਆ ਪਾਕਿਸਤਾਨੀ ਗੁਜਰਾਤ ਇੱਕ ਸ਼ਹਿਰ। ਉਸ ਸ਼ਹਿਰ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਮਰਦਾਨੇ ਦੇ ਨਾਲ ਇੱਕ ਘਰ ਦੇ ਅੱਗੇ ਬੈਠੇ ਨੇ। ਘਰ ਬੜੇ ਅਮੀਰ ਦਾ ਹੈ। ਅਮੀਰੀ ਦਾ ਪਤਾ ਇੱਥੋਂ ਲੱਗਦਾ ਹੈ ਕਿ ਜਨਮ ਸਾਖੀ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜੇ ਭਾਈ ਮਰਦਾਨੇ ਨੂੰ ਸ਼ਬਦ ਕਹੇ ਨੇ ਉਹ ਬੜੇ ਅਹਿਮ ਨੇ। ਮਰਦਾਨਿਆਂ, ਕਿਸਕਾ ਗ੍ਰਹਿ ਹੈ ਚਾਰ ਧਵਜ ਝੂਲਦੇ ਹਨ? ਬੜਾ ਅਹਿਮ ਸਵਾਲ ਹੈ ਕਿ ਕਿਸ ਦਾ ਘਰ ਹੈ ਜਿਸ ਘਰ ਦੇ ਉੱਪਰ ਚਾਰ ਝੰਡੇ ਝੂਲ ਰਹੇ ਹਨ? ਬੜੀ ਅਹਿਮ ਗੱਲ ਹੈ, ਇਹਨੂੰ ਸਮਝਣਾ ਪਵੇਗਾ ਕਿ ਉਸ ਘਰ ਦੀ ਉਸ ਸਮੇਂ ਅਹਿਮੀਅਤ ਕਿੰਨੀ ਹੋਵੇਗੀ ਕਿ ਇਹ ਘਰ ਕਿਸ ਦਾ ਹੈ। ਹੁਣ ਤਾਂ ਸਾਡੀ ਸ਼ਬਦਾਵਲੀ ਦੇ ਵਿੱਚੋਂ ਹੌਲੀ ਹੌਲੀ ਇਹ ਸ਼ਬਦ ਖਤਮ ਹੁੰਦੇ ਜਾ ਰਹੇ ਨੇ। ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਕਈ ਵਾਰੀ ਕਿਸੇ ਨੂੰ ਕਹਿਣਾ ਤੇਰੇ ਕੋਲ ਕੀ ਹੈ ਅਤੇ ਮੋੜਵਾਂ ਜਵਾਬ ਹੁੰਦਾ ਸੀ ਜੇ ਮੇਰੇ ਕੋਲ ਕੁਝ ਨਹੀਂ ਤਾਂ ਤੇਰੇ ਕਿਹੜੇ ਝੰਡੇ ਝੂਲਦੇ ਨੇ, ਇਹ ਅਕਸਰ ਸਾਡਾ ਜਵਾਬ ਹੁੰਦਾ ਸੀ। ਹੁਣ ਗੁਰੂ ਸਾਹਿਬ ਧਵਜ ਸੰਸਕ੍ਰਿਤ ਦੇ ਵਿੱਚ ਸ਼ਬਦ ਝੰਡੇ ਦੇ ਵਾਸਤੇ ਵਰਤਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਕਿਹਦਾ ਘਰ ਹੈ ਜਿਸ ਘਰ ਦੇ ਉੱਪਰ ਚਾਰ ਝੰਡੇ ਝੂਲ ਰਹੇ ਹਨ? ਇੱਕ ਝੰਡੇ ਦਾ ਝੂਲਣਾ ਹੀ ਬੜੀ ਵੱਡੀ ਅਹਿਮੀਅਤ ਹੈ। ਜੇਕਰ ਤੁਸੀਂ ਟਰਕਿਸ਼ ਤੋਂ ਮੁਗੋਲ ਸਮਰਾਜ ਦੇ ਵਿੱਚ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਆਪਣੀ ਜਾਇਦਾਦ ਦੀ ਡੈਕਲੇਰੇਸ਼ਨ, ਉਹਦੇ ਵਿੱਚ ਇੱਕ ਪੱਖ ਹੁੰਦਾ ਸੀ ਕਿ ਜਿਸ ਘਰ ਦੇ ਵਿੱਚ 1,00,000 ਸੋਨੇ ਦੀਆਂ ਮੋਹਰਾਂ ਨੇ
ਉਹ ਆਪਣੇ ਘਰ ਦੇ ਉੱਪਰ ਇੱਕ ਤਵਜ਼ ਲਹਿਰਾ ਸਕਦਾ ਸੀ ਜਿਸ ਤਰ੍ਹਾਂ ਤੁਸੀਂ ਅੱਜ ਸਾਲ ਬਾਅਦ ਆਪਣੀ ITR ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹੋ। ਇੱਕ ਝੰਡੇ ਦਾ ਝੂਲੇ ਜਾਣ ਦਾ ਇਹ ਪ੍ਰਤੱਖ ਪ੍ਰਮਾਣ ਹੁੰਦਾ ਸੀ ਕਿ ਇਸ ਘਰ ਦੀ ਮਲਕੀਅਤ 100,000 ਮੋਹਰਾਂ ਦੀ ਹੈ। ਹੁਣ ਖਿਆਲ ਕਰਿਓ ਉਹ ਪਰਿਵਾਰ ਕਿੰਨਾ ਅਮੀਰ ਹੋਵੇਗਾ ਜਿਸ ਪਰਿਵਾਰ ਦੇ ਘਰ ਦੇ ਉੱਪਰ ਉਸ ਸਮੇਂ 4 ਤਵਜ਼ ਝੂਲ ਰਹੇ ਹਨ ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਪੁੱਛਦੇ ਨੇ ਕਿਸ ਦਾ ਗ੍ਰਹਿ ਹੈ। ਪਤਾ ਲੱਗਾ ਘਰ ਕਿਸ ਦਾ ਹੈ। ਹੁਣ ਉਹ ਘਰ ਕਿਸ ਦਾ ਹੈ ਮੈਂ ਤੁਹਾਡੀ ਸੁਰਤ ਨੂੰ 1350-60 ਦੇ ਵਿੱਚ ਲੈ ਕੇ ਜਾਣਾ ਚਾਹੁੰਦਾ। ਤਕਰੀਬਨ 1295 ਤੋਂ ਲੈ ਕੇ 1315 ਤੱਕ ਅਲਾਉਦੀਨ ਖਿਲਜ਼ੀ ਦੇ ਹਮਲਿਆਂ ਦਾ ਸ਼ਿਕਾਰ ਰਿਹਾ ਹਿੰਦੁਸਤਾਨ। ਉਸ ਸਮੇਂ ਤੋਂ ਬਾਅਦ ਇੱਕ ਰਾਜਪੂਤ ਰਾਜਾ ਹੋਇਆ ਧੱਜ। ਧੱਜ ਦਾ ਪੁੱਤਰ ਸੀ ਕੋਹ ਧੱਜ। ਕੋਹ ਧੱਜ ਦਾ ਇੱਕ ਪੁੱਤਰ ਸੀ ਕਰਨ। ਕਰਨ ਦਾ ਪੁੱਤਰ ਸੀ ਕੈਸ਼ਵ। ਕੈਸ਼ਵ ਦਾ ਪੁੱਤਰ ਸੀ ਚਾਢਾ। ਉਸ ਦਾ ਪੁੱਤਰ ਥੋਡਾ ਤੇ ਥਿੱਤੇ ਦੇ ਅੱਗੇ 2 ਪੁੱਤਰ ਸੀ ਮੌਲਾ ਤੇ ਮੌਤਾ ਤੇ ਬਾਬੇ ਮੌਤੇ ਦੇ ਪਰਿਵਾਰ ਦੇ ਵਿੱਚੋਂ ਹੋਇਆ ਬਹੋੜੂ ਤੇ ਬਹੋੜੂ ਦਾ ਪੁੱਤਰ ਸੀ ਬਾਬਾ ਸੌਣ ਜਿਸ ਦਾ ਇਹ ਘਰ ਸੀ। ਬਾਬਾ ਸੌਣ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਾਹਮਣੇ ਹੈ। ਆਪਸ ਦੇ ਵਿੱਚ ਵਾਰਤਾਲਾਪ ਹੋਈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿੰਦਾ ਹੈ, ਇੰਨਾ ਪ੍ਰਭਾਵਿਤ ਹੋਇਆ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਬਾਣੀ ਦੇ ਨਾਲ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਪਦੇਸ਼ ਕਰਕੇ ਤੁਰ ਲੱਗੇ ਤੇ ਚਰਨਾਂ ਤੇ ਸਿਰ ਰੱਖ ਦਿੱਤਾ, ਬਾਬਾ ਨਹੀਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ, ਤੇਰਾ ਵਿਛੋੜਾ ਬਰਦਾਸ਼ਤ ਨਹੀਂ ਕਰ ਸਕਦਾ, ਤੇ ਮੇਰੇ ਗੁਰਦੇਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਗੱਲ ਦੇ ਨਾਲ ਲਾਇਆ ਤੇ ਸ਼ਬਦ ਉੱਥੇ ਵੀ ਜਨਮ ਸਾਖੀ ਦੇ ਮੁਤਾਬਕ ਬਾਬਾ ਹੀ ਵਰਤਿਆ। ਬਾਬਾ ਮੇਰੀ ਇੱਕ ਗੱਲ ਧਿਆਨ ਨਾਲ ਸੁਣ, ਜੇ ਤੇ ਤੂੰ ਮੇਰੇ ਸਰੀਰ ਦੇ ਨਾਲ ਜੁੜਨਾ ਹੀ ਤੇ ਫਿਰ ਕਦੀ ਮਿਲਾਪ ਹੋ ਹੀ ਨਹੀਂ ਹੋ ਸਕਦਾ, ਤੇ ਜੇ ਸ਼ਬਦ ਦੇ ਨਾਲ ਜੁੜਨਾ ਹੀ ਫਿਰ ਕਦੀ ਵਿਛੋੜਾ ਪੈ ਹੀ ਨਹੀਂ ਸਕਦਾ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਾਬਾ ਸੌਣ ਨੂੰ ਉਪਦੇਸ਼ ਦਿੱਤਾ ਹੈ ਜਿਹੜਾ ਭਾਈ ਬਹੋੜੂ ਦੀ ਵੰਸ਼ ਦੇ ਵਿੱਚੋਂ ਹੈ। ਜੇ ਜੁੜੇਗਾ ਮੇਰੇ ਸਰੀਰ ਦੇ ਨਾਲ ਤੇ ਕਦੀ ਮਿਲਾਪ ਨਹੀਂ, ਜੇ ਜੁੜੇਗਾ ਸ਼ਬਦ ਦੇ ਨਾਲ ਤੇ ਪੀੜ੍ਹੀਆਂ ਤੱਕ ਦਾ ਵਿਛੋੜਾ ਨਹੀਂ। ਸ਼ਬਦ ਦੇ ਨਾਲ ਜੁੜਿਆ ਇਹ ਮਿਲਾਪ ਐਸਾ ਰਿਹਾ ਕਿ ਸੱਚਮੁੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਪੀੜ੍ਹੀਆਂ ਤੱਕ ਦਾ ਰਿਸ਼ਤਾ ਬਣ ਗਿਆ। ਜਦੋਂ ਮੈਂ ਇਸ ਪਰਿਵਾਰ ਦੇ ਉੱਪਰ ਖੋਜ ਕਰ ਰਿਹਾ ਸੀ ਤੇ ਬਾਬੇ ਬਹੋੜੂ ਦੇ ਪਰਿਵਾਰ ਦੇ ਵਿੱਚੋਂ ਬਾਬਾ ਸੌਣ ਜੀ ਜਿਨ੍ਹਾਂ ਦੀ ਮੁਲਾਕਾਤ ਹੋਈ ਗੁਰੂ ਨਾਨਕ ਸਾਹਿਬ ਦੇ ਨਾਲ, ਉਹਨਾਂ ਦੇ ਬੇਟੇ ਬਾਬਾ ਅਰਥਾ ਜੀ, ਬਾਬਾ ਅਰਥਾ ਜੀ ਦੇ ਬੇਟੇ ਭਾਈ ਬਿੰਨਾ ਜੀ, ਭਾਈ ਬਿੰਨਾ ਦਾ ਸਪੁੱਤਰ ਭਾਈ ਦਾਸਾ ਜੀ ਤੇ ਭਾਈ ਦਾਸਾ ਜੀ ਦਾ ਸਪੁੱਤਰ ਬਾਬਾ ਮੱਖਣ ਸ਼ਰਵਾਲਾ। ਹੁਣ ਖਿਆਲ ਕਰਿਓ ਕਿਸ ਸਮੇਂ ਦਾ ਜੁੜਿਆ ਪਰਿਵਾਰ ਕਿਸ ਸਮੇਂ ਤੱਕ ਜੁੜਿਆ ਰਿਹਾ ਹੈ, ਕਾਹਦੇ ਕਰਕੇ? ਮੇਰੇ ਗੁਰਦੇਵ ਪਾਤਸ਼ਾਹ ਨੇ ਦੱਸ ਦਿੱਤਾ ਕਿ ਸਰੀਰ ਦੇ ਨਾਲ ਨਹੀਂ ਸ਼ਬਦ ਦੇ ਨਾਲ ਜੁੜਨਾ ਹੈ। ਔਰ ਜੁੜਿਆ ਹੀ ਨਹੀਂ ਬਲਕਿ ਇਬਾਦਤ ਤੋਂ ਸ਼ੁਰੂ ਹੋਇਆ ਸ਼ਬਦ, ਇਬਾਦਤ ਤੋਂ ਸ਼ੁਰੂ ਹੋਇਆ ਸੰਬੰਧ ਸ਼ਹਾਦਤ ਦੇ ਉਸ ਅਜ਼ੀਮ ਰੁਤਬੇ ਤੱਕ ਗਿਆ ਜਦੋਂ ਉਸੇ ਹੀ ਬਾਬਾ ਮੱਖਣ ਸ਼ਾਹ ਲਬਾਣਾ ਦੇ ਸਪੁੱਤਰ ਭਾਈ ਖੁਸ਼ਹਾਲ ਸਿੰਘ ਨੇ ਸਤੰਬਰ 1700 ਨੂੰ ਨਰਮੋਹਗੜ੍ਹ ਦੇ ਕਿਲ੍ਹੇ ਦੇ ਵਿੱਚ ਜੂਝਦਿਆਂ ਸ਼ਹਾਦਤ ਪ੍ਰਾਪਤ ਕੀਤੀ ਤੇ ਦੂਸਰੇ ਪੁੱਤਰ ਜਵੰਦ ਸਿੰਘ ਨੇ ਚਮਕੌਰ ਦੀ ਗੜੀ 'ਚ ਸ਼ਹਾਦਤ ਪ੍ਰਾਪਤ ਕੀਤੀ। ਇਹ ਰਿਸ਼ਤਾ ਕਿਸ ਚੀਜ਼ ਦਾ ਜੁੜਿਆ? ਸ਼ਬਦ ਦੇ ਸਦਕਾ। ਸੋ ਜਿਹੜੀ ਸਿੰਘ ਸਾਹਿਬ ਨੇ ਅੱਜ ਵਿਚਾਰ ਦਿੱਤੀ ਹੈ ਬੜੀ ਅਹਿਮ ਹੈ, ਦਰਸ਼ਨ ਤੇ ਜਿਹੜੇ ਸ਼ਬਦ ਦੇ ਵਿੱਚੋਂ ਗੁਰੂ ਦੇ ਦੀਦਾਰ ਨੇ ਜਿਹੜੇ ਦਰਸ਼ਨ ਨੇ ਨਾ ਉਹਦੇ ਵਿੱਚੋਂ ਸੋਝੀ ਪੈਂਦੀ ਹੈ। ਤੇ ਅੱਜ ਮੇਰਾ ਵਿਸ਼ਾ ਵੀ ਇਹ ਹੀ ਹੈ ਕਿ ਬੌਧਿਕ ਹਮਲਿਆਂ ਦੀ ਸੋਝੀ ਜਿਹੜੀ ਹੈ ਉਹ ਕਿਵੇਂ ਪੈ ਸਕੇ, ਕਿਵੇਂ ਸਮਝ ਸਕੀਏ। ਹਮਲੇ 2 ਤਰ੍ਹਾਂ ਦੇ ਹੁੰਦੇ ਨੇ ਕਿਸੇ ਵੀ ਕੌਮ ਨੂੰ ਖਤਮ ਕਰਨ ਦੇ ਵਾਸਤੇ। ਅਕਸਰ ਅਸੀਂ ਵੇਖਦੇ ਹਾਂ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਭੇਜੇ ਕਾਸ਼ੀ ਉਸ ਸਮੇਂ ਦੀ ਵਿੱਦਿਆ ਨੂੰ ਗ੍ਰਹਿਣ ਕਰਨ ਦੇ ਵਾਸਤੇ,
ਤੇ ਉਸ ਸਮੇਂ ਦੀ ਪੁਰਾਣਾਂ ਨੂੰ ਸਿਮਰਤੀਆਂ ਨੂੰ ਸ਼ਾਸਤਰਾਂ ਨੂੰ ਵੇਦਾਂ ਨੂੰ ਪੜ੍ਹਨ ਦੀ ਭਾਸ਼ਾ ਦਾ ਮਾਧਿਅਮ ਹੈ ਸੰਸਕ੍ਰਿਤ ਤੇ ਗੁਰਦੇਵ ਪਾਤਸ਼ਾਹ ਆਪ ਸੰਸਕ੍ਰਿਤ ਦੇ ਬੜੇ ਚੰਗੇ ਵਿਦਵਾਨ ਸੀ ਬਹੁਤ ਚੰਗੇ ਵਿਦਵਾਨ ਕਿਤੇ ਪੜ੍ਹ ਕੇ ਵੇਖੋ ਉਹਨਾਂ ਦੀਆਂ ਰਚਨਾਵਾਂ ਨੂੰ ਉਹਨਾਂ ਦੀ ਫਾਰਸੀ ਦਾ ਪੱਧਰ ਉਹਨਾਂ ਦੀ ਅਰਬੀ ਦਾ ਪੱਧਰ ਜੇਕਰ ਤੁਸੀਂ ਗ੍ਰੈਮੈਟੀਕਲ ਫਰੇਮ ਵੇਖੋ ਵਿਆਕਰਨ ਦਾ ਫਰੇਮ ਵੇਖੋ ਤੇ ਅੱਜ ਵੀ ਦੁਨੀਆਂ ਦੇ ਵਿੱਚ ਫਾਰਸੀ ਦੀ ਜ਼ਫਰਨਾਮੇ ਵਰਗੀ ਕੋਈ ਰਚਨਾ ਨਹੀਂ ਕੋਈ ਰਚਨਾ ਨਹੀਂ ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਸਿੱਖਾਂ ਨੂੰ ਕੇਵਲ ਤੇ ਕੇਵਲ ਸੰਸਕ੍ਰਿਤ ਸਿੱਖਣ ਵਾਸਤੇ ਨਹੀਂ ਭੇਜਿਆ ਬਲਕਿ ਉਸ ਸਮੇਂ ਜਿਹੜੀ ਬ੍ਰਾਹਮਣਵਾਦ ਦਾ ਨੀਤੀ ਸ਼ਾਸਤਰ ਹੈ ਉਸਦਾ ਅਧਿਐਨ ਕਰਨ ਵਾਸਤੇ ਭੇਜਿਆ ਸੰਸਕ੍ਰਿਤ ਤਾਂ ਕਲਗੀਧਰ ਪਾਤਸ਼ਾਹ ਕੋਲ ਰੱਖ ਕੇ ਵੀ ਸਿਖਾ ਸਕਦੇ ਸੀ ਹੁਣ ਉਸ ਅਧਿਐਨ ਦੇ ਵਿੱਚੋਂ ਤੁਹਾਡੇ ਸਾਹਮਣੇ ਆਉਂਦਾ ਹੈ ਕਵੀ ਸੈਨਾਪਤ ਦਾ ਕੀਤਾ ਹੋਇਆ ਚਾਣਕਿਆ ਨੀਤੀ ਦਾ ਅਨੁਵਾਦ ਤੇ ਚਾਣਕਿਆ ਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੇ ਕਿਤੇ ਕਿਸੇ ਕੌਮ ਨੂੰ ਖਤਮ ਕਰਨ ਦੇ ਮਨਸੂਬਿਆਂ ਨੂੰ ਸਮਝਣਾ ਹੈ ਚਾਣਕਿਆ ਕਹਿੰਦਾ ਹੈ ਕਿ ਦੋ ਤਰੀਕਿਆਂ ਦੇ ਨਾਲ ਕੌਮ ਕਿਸੇ ਨੂੰ ਖਤਮ ਕੀਤਾ ਜਾ ਸਕਦਾ ਹੈ ਪਹਿਲਾਂ ਉਹ ਗੱਲ ਕਰਦਾ ਫਿਜ਼ੀਕਲ ਕਿਲਿੰਗ ਦੀ ਫਿਜ਼ੀਕਲ ਅਟੈਕ ਦੀ ਪਰ ਉਹ ਤਰੀਕੇ ਬੜੇ ਵੱਖਰੇ ਨੇ ਚਾਣਕਿਆ ਨੀਤੀ 'ਚ ਕਹਿੰਦਾ ਧਨਿਕ ਸ਼ਤਰੂ ਰਾਜਾ ਨਦੀ ਵੈਦ ਅਸਤ ਪੰਚਮ ਪੰਚਮ ਯਤਰ ਨਾ ਵਿਦਤੈ ਤਤਰ ਦਿਵ ਸਵਸੇਤਮ ਧਨਿਕ ਜਿਸ ਕੌਮ ਨੂੰ ਖਤਮ ਕਰਨਾ ਹੈ ਉਹਦੇ ਆਰਥਿਕ ਸਰੋਤ ਧਨ ਦੇ ਸਰੋਤ ਜਿਹੜੇ ਨੇ ਉਦਯੋਗ ਖੋਲ੍ਹ ਲਿਆ ਜਾਵੇ ਕਿ ਪੰਜਾਬ ਤੋਂ ਉਦਯੋਗ ਨਹੀਂ ਖੋਇਆ ਗਿਆ ਅਸੀਂ ਪਹਿਲੇ ਦਿਨ ਗੱਲ ਕਰਦੇ ਸੀ ਸ਼ਤਰੂ ਫੌਜ ਦੇ ਵਿੱਚ ਭਰਤੀ ਬ੍ਰਿਟਿਸ਼ ਰਾਜ ਦੇ ਸਮੇਂ 30% ਸੀ ਅੱਜ 1.3% ਹੈ ਰਾਜਾ ਇਨਸਾਫ ਕਿੰਨੀ ਵਾਰੀ ਸਿੱਖਾਂ ਦੀ ਨਸਲ ਕੁਸ਼ੀ ਘੱਲੂਘਾਰੇ ਤੇ ਸਾਕੇ ਵਾਪਰੇ ਨੇ ਕੀ ਕਿਸੇ ਇੱਕ ਵੀ ਘਟਨਾ ਦਾ ਇਨਸਾਫ ਮਿਲਿਆ ਨਦੀ ਪਾਣੀ ਪੰਜਾਬ ਦਾ ਪਾਣੀ ਰਿਪੇਰੀਅਨ ਲਾਅ ਦੇ ਮੁਤਾਬਕ ਜਿਹੜਾ ਭਾਰਤੀ ਸੰਵਿਧਾਨ ਹੈ ਉਹਦੇ ਸ਼ਡਿਊਲ 2 ਦੀ ਐਂਟਰੀ 17 ਦੇ ਮੁਤਾਬਕ ਪੰਜਾਬ ਦਾ ਪੂਰਾ ਹੱਕ ਹੈ ਪਾਣੀਆਂ ਦੇ ਉੱਪਰ ਦਿੱਤਾ ਦੂਜੇ ਸਟੇਟਾਂ ਨੂੰ ਜਾ ਰਿਹਾ ਵੈਦ ਡਾਕਟਰੀ ਸਹੂਲਤਾਂ ਅੱਜ ਤੁਹਾਨੂੰ ਵੀ ਪਤਾ ਕਿ ਪੰਜਾਬ ਕਿਸ ਤਰ੍ਹਾਂ ਦੇ ਨਾਲ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਹੈ ਸੋ ਇਹ ਫਿਜ਼ੀਕਲ ਕਿਲਿੰਗ ਦੇ 5 ਤਰੀਕੇ ਨੇ ਜਿਸ ਨੂੰ ਚਾਣਕਿਆ ਕਹਿੰਦਾ ਧਨਿਕ ਸ਼ਤਰੂ ਰਾਜਾ ਨਦੀ ਵੈਦ ਅਸਤ ਪੰਚਮ ਪੰਚਮ ਯਤਰ ਨਾ ਵਿਦਤੈ ਤਤਰ ਦਿਵਸ ਵਸੇਤਮ ਇਹ 5 ਚੀਜ਼ਾਂ ਕਿਸੇ ਕੌਮ ਦੇ ਕੋਲ ਖੋਹ ਲਓ ਕੌਮ ਆਪਣੇ ਆਪ ਹੀ ਖੋਖਲੀ ਹੋਣੀ ਸ਼ੁਰੂ ਹੋ ਜਾਵੇਗੀ ਇਹ ਸਾਰਾ ਆ ਜਾਂਦਾ ਫਿਜ਼ੀਕਲ ਕਿਲਿੰਗ ਕੌਮ ਦੇ ਸਰੋਤਾਂ ਨੂੰ ਕਿਸ ਤਰ੍ਹਾਂ ਦੇ ਨਾਲ ਖਤਮ ਕਰਨਾ ਹੈ ਹੁਣ ਜਦੋਂ ਕੌਮ ਦੇ ਸਰੋਤ ਖਤਮ ਕੀਤੇ ਜਾਂਦੇ ਨੇ ਤੇ ਅਗਲਾ ਹਮਲਾ ਉਹ ਮਾਨਸਿਕਤਾ ਦੇ ਉੱਪਰ ਹੁੰਦਾ ਚਾਣਕਿਆ ਅਗਲੇ ਹਮਲੇ ਦੀ ਜਿਹੜੀ ਗੱਲ ਕਰਦਾ ਹੈ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਕਸਰ ਅਸੀਂ ਪੰਜਾਬੀ ਦੇ ਵਿੱਚ ਇੱਕ ਸਿੱਧੀ ਜੀ ਗੱਲ ਕਰਦੇ ਹਾਂ ਕਿ ਸਿੱਖ ਸਿੱਖ ਨੂੰ ਮਾਰਦਾ ਉਹਦਾ ਕਾਰਨ ਇਹ ਹੁੰਦਾ ਹੈ ਕਿ ਸਾਡਾ ਨਿਆਰਾਪਨ ਸਾਡਾ ਵਿਲੱਖਣ ਸਰੂਪ ਉਹ ਐਸੀ ਆਪਣੀ ਇੱਕ ਅਹਿਮੀਅਤ ਅਤੇ ਵਿਲੱਖਣਤਾ ਲਈ ਬੈਠਾ ਹੈ ਕਿ ਸਾਡਾ ਕੋਈ ਗੈਰ ਸਿੱਖ ਤਾਂ ਨੁਕਸਾਨ ਕਰ ਹੀ ਨਹੀਂ ਸਕਦਾ ਗੈਰ ਸਿੱਖ ਸਾਡੇ 'ਤੇ ਹਮਲਾ ਕਰ ਸਕਦਾ ਹੈ ਗੈਰ ਸਿੱਖ ਫਿਜ਼ੀਕਲ ਕਿਲਿੰਗ ਕਰ ਸਕਦਾ ਹੈ ਗੈਰ ਸਿੱਖ ਸਰੋਤਾਂ ਦੀ ਲੁੱਟ ਕਰ ਸਕਦਾ ਹੈ ਪਰ ਜਿਹੜਾ ਬੌਧਿਕ ਹਮਲਾ ਹੈ ਉਹ ਸਾਡੇ ਸਰੂਪ 'ਚ ਹੀ ਕੀਤਾ ਜਾ ਸਕਦਾ ਹੁਣ ਉਹ ਬੌਧਿਕ ਹਮਲਾ ਕਿਸੇ ਕੌਮੀ ਅਤੇ ਸਰੂਪ ਦੇ ਵਿੱਚ ਕਿਵੇਂ ਹੋਵੇ ਚਾਣਕਿਆ ਅੱਗੇ ਲਿਖਦਾ ਹੈ ਮਾਤ ਸ਼ਤਰੂ ਪਿਤਾ ਵੈਰੀ ਯੈਨ ਬਾਲਿਕ ਨਾ ਪਠਿਤ ਨਾ ਸੋਭਤੈ ਸਭਾ ਮਦਤੈ ਹੰਸ ਮਦਤੈ ਬੱਕੋ ਯਥਾ ਬੜੀ ਸਮਝਣ ਦੀ ਗੱਲ ਹੈ ਕਹਿੰਦਾ ਜਿਸ ਕੌਮ ਦੇ ਆਰਥਿਕ ਸਰੋਤ ਖਤਮ ਕਰਕੇ ਉਸ ਨੂੰ ਕਮਜ਼ੋਰ ਤੇ ਜ਼ਰਜ਼ਰਾ ਕਰ ਦਿੱਤਾ ਜਾਵੇ ਮੁੜ ਕੇ ਉਸਦੀ ਬੌਧਿਕਤਾ ਨੂੰ ਖਤਮ ਕਰਨ ਦੇ ਵਾਸਤੇ ਇਵੇਂ ਦੇ ਪ੍ਰਚਾਰਕ ਕੌਮ ਦੇ ਵਿੱਚ ਤਿਆਰ ਕੀਤੇ ਜਾਣ ਜਿਨ੍ਹਾਂ ਪ੍ਰਚਾਰਕਾਂ ਦਾ ਪਹਿਰਾਵਾ ਰੂਪ ਰੰਗ ਸੱਜਾ ਤੇ ਵੇਸ਼ ਭੂਸ਼ਾ ਸਾਰਾ ਉਸ ਕੌਮੀਅਤ ਦੇ ਨਾਲ ਰਲਦਾ ਹੋਵੇ ਪਰ ਜਿਹੜੀ ਉਹ ਗੱਲ ਕਰਨ ਉਹ ਕੌਮ ਦਾ ਨੁਕਸਾਨ ਕਰਦੀ ਹੋਵੇ ਇਹ ਕੌਮ ਦੇ ਉੱਪਰ ਹੋਣ ਵਾਲਾ ਬੌਧਿਕ ਹਮਲਾ ਹੈ ਮਾਤ ਸ਼ਤਰੂ ਪਿਤਾ ਵੈਰੀ ਯੈਨ ਬਾਲਿਕ ਨਾ ਪਠਿਤ ਨਾ ਸੋਭਤ ਹੈ ਸਭਾ ਮਦਤ ਹੈ ਹੰਸ ਮਦਤ ਹੈ ਬੱਕੋ ਯਥਾ ਹੰਸ ਔਰ ਬੱਕ ਬਗਲਾ ਕਹਿੰਦਾ ਉਹਨਾਂ ਦੀ ਜਿਹੜੀ ਬਿਰਤੀ ਹੈ ਉਹ ਤੇ ਬਗਲਿਆਂ ਵਰਗੀ ਹੋਵੇ ਪਰ ਉਹਨਾਂ ਨੂੰ ਹੰਸਾਂ ਦੇ ਰੂਪ ਦੇ ਵਿੱਚ ਪ੍ਰੋਜੈਕਟ ਕੀਤਾ ਜਾਵੇ ਇਹ ਕੌਮ ਦੇ ਉੱਪਰ ਬੌਧਿਕ ਹਮਲਿਆਂ ਦਾ ਸੱਚ ਹੈ ਜਿਹੜੇ ਸਾਨੂੰ ਦੋ ਰੂਪਾਂ ਨੂੰ ਸਮਝਣਾ ਪਵੇਗਾ ਫਿਰ ਇਹ ਦੋਵੇਂ ਜਿਹੜੇ ਨੇ ਫਿਜ਼ੀਕਲ
ਤੇ ਮੈਂਟਲ ਕਿਲਿੰਗ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਸਰੀਰਕ ਤੌਰ ਤੇ ਸਰੋਤਾਂ ਦਾ ਖਾਤਮਾ ਤੇ ਮਨੁੱਖ ਦਾ ਬੌਧਿਕ ਪੱਧਰ ਦੇ ਖਾਤਮਾ। ਇਹਨੂੰ ਸਮਝਣਾ ਹੋਵੇ ਤਾਂ ਇੱਕ ਕਿਤਾਬ ਹੈ ਤਾਂ ਹਿੰਦੂ ਮਾਈਂਡ ਜ਼ਰੂਰ ਪੜ੍ਹਿਓ ਜੇ ਕਿਤੇ ਮਿਲ ਜਾਵੇ, ਪੜ੍ਹਨੀ ਬਹੁਤ ਜ਼ਰੂਰੀ ਹੈ। ਜਿਸ ਕੌਮ ਨੇ ਬ੍ਰਾਹਮਣਵਾਦ ਦੇ ਖਿਲਾਫ ਸਟਰਕਚਰ ਖੜਾ ਕੀਤਾ ਹੈ, ਬ੍ਰਾਹਮਣਵਾਦ ਨੇ ਉਸ ਸਟਰਕਚਰ ਨੂੰ ਤੋੜਿਆ ਨਹੀਂ, ਉਸ ਸਟਰਕਚਰ ਦੇ ਬਰਾਬਰ ਸਟਰਕਚਰ ਖੜਾ ਕੀਤਾ ਹੈ। ਤੇ ਜਿਸ ਕੌਮ ਨੇ ਸਕ੍ਰਿਪਚਰ ਖੜਾ ਕੀਤਾ, ਬ੍ਰਾਹਮਣਵਾਦ ਨੇ ਸਕ੍ਰਿਪਚਰ ਨੂੰ ਮਿਸਇੰਟਰਪ੍ਰੈਟ ਕੀਤਾ। ਇਹ ਇੰਨੀ ਘਾਤਕ ਨੀਤੀ ਹੈ ਜਿਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਬੁੱਧ ਧਰਮ ਦੀ ਇੱਕ ਮਿਸਾਲ ਦਿੰਦਾ। ਜਦੋਂ ਅਸੀਂ ਇਸ ਬ੍ਰਹਮਨਿਸ਼ਟਿਕ ਸੁਭਾਅ ਦੀ ਗੱਲ ਕਰਦੇ ਹਾਂ ਜਾਂ ਸਿੱਧੇ ਸ਼ਬਦਾਂ 'ਚ ਇਹ ਗੱਲ ਕਹਿੰਦੇ ਹਾਂ ਕਿ ਬੁੱਧ ਵਰਗਾ ਵਿਸ਼ਾਲ ਧਰਮ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਦੇ ਵਿੱਚ ਡੁੱਬ ਗਿਆ, ਉਹਦਾ ਕਾਰਨ ਕੀ ਸੀ? ਉਹ ਕਾਰਨ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਅਸਰ ਅੰਦਾਜ਼ ਹੈ। ਜੇ ਕਿਤੇ ਤੁਹਾਨੂੰ ਬੁੱਧ ਨੂੰ ਪੜ੍ਹਨ ਦਾ ਮੌਕਾ ਮਿਲੇ ਤਾਂ ਬੁੱਧ ਬੁੱਤ ਪ੍ਰਸਤੀ ਦੀ ਵਿਰੋਧਤਾ ਕਰਦਾ ਹੈ, ਪਰ ਅੱਜ ਦੁਨੀਆਂ ਦੇ ਵਿੱਚ ਜੇ ਸਭ ਤੋਂ ਵੱਧ ਬੁੱਤ ਵਿਕਦੇ ਨੇ ਜਾਂ ਬਣਾਏ ਜਾਂਦੇ ਨੇ ਉਹ ਬੁੱਧ ਦੇ ਨੇ। ਹੁਣ ਤੁਸੀਂ ਵੇਖ ਲਓ ਕਿ ਕਿਹੜਾ ਧਰਮ ਕਿਸ ਕਗਾਰ 'ਤੇ ਆ ਗਿਆ। ਉਸ ਸਮੇਂ ਦੇ ਵਿੱਚ ਜਦੋਂ ਲੋਕ ਮੂਰਤੀ ਪੂਜਾ ਕਰਦੇ ਨੇ, ਬੁੱਤ ਪ੍ਰਸਤੀ ਕਰਦੇ ਨੇ, ਜੇ ਕੋਈ ਧਰਮ ਬੁੱਤ ਪ੍ਰਸਤੀ ਦੇ ਵਿਰੋਧ ਦੇ ਵਿੱਚ ਹੋਂਦ 'ਚ ਆਉਂਦਾ ਤਾਂ ਉਹ ਬੁੱਧ ਧਰਮ ਹੈ, ਅਤੇ ਅੱਜ ਦੁਨੀਆਂ ਦੇ ਵਿੱਚ ਜੇਕਰ ਸਭ ਤੋਂ ਵੱਧ ਬੁੱਤ ਵਿਕਦੇ ਨੇ ਤਾਂ ਉਹ ਬੁੱਧ ਦੇ ਨੇ। ਚਾਹੇ ਸਪਿਰਿਚੁਅਲ ਬੁੱਧਾ ਹੈ, ਚਾਹੇ ਲਾਫਿੰਗ ਬੁੱਧਾ ਹੈ, ਪਰ ਵਿਕ ਬੁੱਧ ਹੀ ਰਿਹਾ, ਬੁੱਧ ਹੀ ਵਿਕ ਰਿਹਾ। ਕਾਰਨ ਸਮਝਣਾ ਪਵੇਗਾ। ਬੁੱਧੀਆਂ ਦੀ ਇੱਕ ਬੜੀ ਗਿਆਨਵਾਨ ਸ਼ਾਖਾ ਹੈ ਜੈਨ ਬੁੱਧਿਸਟ। ਇੱਕ ਜੈਨ ਬੁੱਧਿਸਟ ਹੋਇਆ ਰਿਨਜ਼ਈ। ਮੈਂ ਥੋੜ੍ਹੇ ਪਿਛੋਕੜ ਦੀ ਗੱਲ ਕਰਨ ਲੱਗਾ। ਰਿਨਜ਼ਈ ਬੈਠਾ ਸਮਾਧੀ ਦੇ ਵਿੱਚ ਹੈ, ਕੋਲ ਤਲਵਾਰ ਪਈ ਹੈ। 10-15 ਮਿੰਟ ਦੇ ਬਾਅਦ ਤਲਵਾਰ ਨੂੰ ਆਪਣੇ ਹੱਥ 'ਚ ਫੜਦਾ ਹੈ ਅਤੇ ਹਵਾ 'ਚ ਘੁਮਾ ਦਿੰਦਾ। ਇੱਕ ਜਗਿਆਸੂ ਬੜਾ ਚਿਰ ਤੱਕਦਾ ਰਿਹਾ। ਇਹ ਜੈਨ ਬੁੱਧਿਸਟ ਦੀ ਬੜੀ ਮਸ਼ਹੂਰ ਕਹਾਣੀ ਹੈ, ਸੱਚੀ ਹੈ ਜਾਂ ਨਹੀਂ ਸੱਚੀ, ਪਰ ਇਹਨੂੰ ਸਮਝਾਉਣ ਦੇ ਵਾਸਤੇ ਜ਼ਰੂਰ ਵਰਤਦੇ ਨੇ। ਹਰ 10-15 ਮਿੰਟ ਦੇ ਵਕਫੇ ਦੇ ਬਾਅਦ ਉਹ ਕਿਰਪਾਨ ਘੁਮਾਉਂਦਾ ਹੈ। ਅਖੀਰ ਜਦੋਂ ਸਮਾਧੀ ਤੋਂ ਉੱਠਣ ਲੱਗਾ ਤਾਂ ਜਗਿਆਸੂ ਨੇ ਬਾਂਹ ਫੁੜ ਲਈ। ਕਹਿੰਦਾ ਰਿਨਜ਼ਈ, ਹੈ ਬੁੱਧੀ ਭਿਕਸ਼ੂ ਪਰ ਕੋਲ ਤਲਵਾਰ, ਗੱਲਾਂ ਮੇਲ ਨਹੀਂ ਖਾਂਦੀਆਂ। ਤੁਸੀਂ ਤਾਂ ਅਹਿੰਸਾ ਪਰਮੋ ਧਰਮ ਦੀ ਗੱਲ ਕਰਨ ਵਾਲੇ, ਪਰ ਮੈਂ ਇੱਕ ਗੱਲ ਵੀ ਕਰ ਦੇਵਾਂ, ਜਿਹੜੀ ਗੱਲ ਮੇਰੇ ਗੁਰੂ ਬਾਬੇ ਨੇ ਕਹੀ ਹੈ ਨਾ ਕਿ ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੇ ਤਿਸ ਵਿਗੜੇ ਕਾਜ। ਇਸ ਅੰਤਮ ਸੱਚ ਦਾ ਪਤਾ ਬੁੱਧੀਜ਼ਮ ਨੂੰ ਬਹੁਤ ਬਾਅਦ 'ਚ ਲੱਗਾ। ਜੇ ਬੁੱਧੀਜ਼ਮ ਹਿੰਦੁਸਤਾਨ ਦੀ ਧਰਤੀ 'ਤੇ ਖਤਮ ਹੋਇਆ ਨਾ ਤਾਂ ਚੀਨ 'ਚ ਜਾ ਕੇ ਬਚਿਆ ਹੈ, ਅਤੇ ਇਹ ਉਦੋਂ ਬਚਿਆ ਹੈ ਜਦੋਂ ਚੀਨ ਦੇ ਉਹਨਾਂ ਲੋਕਾਂ ਨੇ ਇਸ ਧਰਮ ਨੂੰ ਧਾਰਨ ਕੀਤਾ, ਜ਼ਿੰਗ ਡਾਇਨੈਸਟੀ, ਜਿਹੜੇ ਬੜੇ ਚੰਗੇ ਤਲਵਾਰਬਾਜ਼ ਸੀ। ਇਹ ਧਰਮ ਉਦੋਂ ਬਚਿਆ ਜਦੋਂ ਇਹਨੂੰ ਸਿਮਰਾਇਸ, ਜਿੰਗ ਡਾਇਨੈਸਟੀ, ਜੈਨ ਬੁੱਧਿਸਟ, ਜਦੋਂ ਤਲਵਾਰਬਾਜ਼ ਲੋਕਾਂ ਨੇ ਧਾਰਨ ਕੀਤਾ, ਨਹੀਂ ਤਾਂ ਅਹਿੰਸਾ ਦੇ ਸੰਦੇਸ਼ ਦੇ ਨਾਲ ਇਹ ਧਰਮ ਹਿੰਦੁਸਤਾਨ 'ਚ ਖਤਮ ਹੋ ਗਿਆ ਸੀ। ਉਹ ਕਹਿੰਦਾ ਤੇਰੇ ਕੋਲ ਤਲਵਾਰ ਪਈ ਹੈ ਸਮਾਧੀ ਬੁੱਧ ਦੀ, ਕਹਿੰਦਾ ਇਹ ਮੈਨੂੰ ਦੱਸ ਵੀ ਇਹ ਕਾਰਨ ਕੀ ਹੈ, ਤਲਵਾਰ ਘੁਮਾਉਂਦਾ ਕਿਉਂ ਹੈ? ਕਹਿੰਦਾ ਬੁੱਧ ਨੇ ਕਿਹਾ ਸੀ, ਬੁੱਧ ਨੂੰ ਵੇਖਿਓ ਨਾ, ਬੁੱਧ ਨੂੰ ਪੂਜਿਓ ਨਾ, ਬੁੱਧ ਬਣਨ ਦੀ ਕੋਸ਼ਿਸ਼ ਕਰਿਓ। ਜਦੋਂ ਮੈਂ ਸਮਾਧੀ 'ਚ ਬੈਠਾ ਹੁੰਦਾ, ਮੈਂ ਜਦੋਂ ਬੁੱਧ ਦੀਆਂ ਗੱਲਾਂ ਦੇ ਬਾਰੇ ਸੋਚਣਾ ਤਾਂ ਬੁੱਧ ਦਾ ਬੁੱਤ ਮੇਰੀ ਮਾਨਸਿਕਤਾ 'ਚ ਆਉਂਦਾ, ਮੈਂ ਉਸ ਬੁੱਤ ਨੂੰ ਤੋੜਨਾ ਚਾਹੁੰਦਾ। ਅੱਜ ਸਭ ਤੋਂ ਵੱਧ ਬੁੱਧ ਦੇ ਬੁੱਤ ਨੇ। ਹੁਣ ਅਗਲੀ ਸਟੇਜ 'ਤੇ ਆਈਏ ਕਿ ਬੁੱਤ ਪ੍ਰਸਤੀ ਦੇ ਵਿੱਚ ਇੱਕ ਕੌਮ ਨੂੰ ਉਲਝਾ ਦਿੱਤਾ ਗਿਆ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ 'ਚ ਇੱਕ ਬੜੀ ਪਿਆਰੀ ਗੱਲ ਕਰਦੇ ਨੇ। ਜ਼ਫਰਨਾਮੇ ਦੇ 111 ਸ਼ੇਰਾਂ ਦੇ ਵਿੱਚੋਂ ਜਿਹੜੇ ਪਹਿਲੇ 12 ਸ਼ੇਰ ਨੇ ਉਸਨੂੰ ਹਮਦ ਕਿਹਾ ਜਾਂਦਾ, ਨਾਇਤ ਵੀ ਕਿਹਾ ਜਾਂਦਾ, ਮੁਨਾਜਾਤ ਵੀ ਕਿਹਾ ਜਾਂਦਾ। ਇਹ ਤਿੰਨੇ ਫਾਰਸੀ ਦੇ ਸ਼ਬਦ ਨੇ, ਹੁਣ ਤਾਂ ਰਿਵਾਜ ਹਟ ਗਿਆ। ਪੁਰਾਣੇ ਸਮੇਂ ਦੇ ਵਿੱਚ ਜਦੋਂ ਅਸੀਂ ਚਿੱਠੀਆਂ ਲਿਖਦੇ ਸੀ, ਚਿੱਠੀ ਕੋਈ ਪੁੱਤਰ ਪਿਤਾ ਵੱਲ ਲਿਖੇ ਜਾਂ ਪਤਨੀ ਪਤੀ ਵੱਲ ਲਿਖੇ, ਆਰੰਭ ਅਸੀਂ ਕਰਦੇ ਸੀ ਏਕ ਓਂਕਾਰ ਸਤਿਗੁਰ ਪ੍ਰਸਾਦ। ਇਸ ਦਾ ਮਤਲਬ ਹੁੰਦਾ ਹਮਦ। ਕਿਸੇ ਵੀ ਲਿਖਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਇਸ਼ਟ ਨੂੰ ਸਮਰਪਿਤ ਹੋ ਕੇ ਕੁਝ ਸ਼ਬਦ ਲਿਖਣੇ। ਜ਼ਫਰਨਾਮਾ ਹੈ ਜਿੱਤ ਦੀ ਚਿੱਠੀ, ਪਰ ਮੈਂ ਇੱਕ ਬੇਨਤੀ ਵੀ ਕਰ ਦੇਵਾਂ, ਨਾਮਾ ਸ਼ਬਦ ਉਤੋਂ ਆਉਂਦਾ ਜਦੋਂ ਕੋਈ ਵੀ ਘਟਨਾ, ਵਰਤਾਰਾ, ਕਰਮ ਲਿਖਤੀ ਰੂਪ 'ਚ ਆ ਜਾਂਦਾ।
ਅਕਸਰ ਅਸੀਂ ਕਹਿੰਦੇ ਹਾਂ ਗੁਰਦੇਵ ਪਾਤਸ਼ਾਹ ਦਾ ਹੁਕਮਨਾਮਾ ਲਓ, ਨਹੀਂ ਹੁਕਮ ਲੈਣਾ ਹੁੰਦਾ ਹੈ। ਹੁਕਮਨਾਮਾ ਉਦੋਂ ਬਣਿਆ ਜਦੋਂ ਬੋਰਡ 'ਤੇ ਲਿਖ ਦਿੱਤਾ ਜਾਂਦਾ, ਉਦੋਂ ਹੁਕਮਨਾਮਾ। ਜ਼ਮੀਨ ਵੇਚਣ ਦੀ ਪ੍ਰਕਿਰਿਆ ਹੈ ਬੈ ਕਰਨਾ, ਜਦੋਂ ਲਿਖਤ 'ਚ ਆ ਜਾਂਦੀ ਹੈ ਉਦੋਂ ਹੈ ਬੈਨਾਮਾ। ਰਾਜ਼ੀ ਕੰਪਰੋਮਾਈਜ਼ ਹੋ ਜਾਂਦਾ ਹੈ ਜਦੋਂ ਲਿਖਿਆ ਜਾਂਦਾ, ਫਿਰ ਬਣਦਾ ਰਾਜ਼ੀਨਾਮਾ। ਨਾਮਾ ਦਾ ਭਾਵ ਹੈ ਜਿਹੜੀ ਚੀਜ਼ ਜਦੋਂ ਲਿਖਤ 'ਚ ਆ ਜਾਂਦੀ ਹੈ। ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ ਦੇ ਪਹਿਲੇ 12 ਸ਼ੇਰ ਹਮਦ ਦੇ ਵਿੱਚ ਲਿਖਦੇ ਨੇ, ਅਕਾਲ ਪੁਰਖ ਦੀ ਉਸਤਤ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਅੱਗੇ ਦੱਸਦੇ ਨੇ ਕਿ ਇੰਪੀਰੀਅਲ ਦੀ ਅਸਟੈਬਲਿਸ਼ਮੈਂਟ ਦੇ ਵਾਸਤੇ ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਜਿਹੜੀਆਂ ਚੀਜ਼ਾਂ ਹੋਣ ਤੇ ਰਾਜ ਮਿਲ ਸਕਦਾ ਹੈ, ਨਾ ਹੋਣ ਤੇ ਰਾਜ ਨਹੀਂ ਮਿਲ ਸਕਦਾ, ਉਹ ਚੀਜ਼ਾਂ ਕਿਹੜੀਆਂ ਨੇ? ਪਾਤਸ਼ਾਹ ਕਹਿੰਦੇ ਨੇ ਕਿ ਜੇ ਉਹ ਚੀਜ਼ਾਂ ਕਿਸੇ ਕੋਲ ਨਾ ਹੋਣ ਨਾ ਤੇ ਪਰਮਾਤਮਾ ਬਖਸ਼ਿਸ਼ ਕਰੇ ਤੇ ਦੇ ਸਕਦਾ ਹੈ, ਉਹ ਚੀਜ਼ਾਂ ਕਿਹੜੀਆਂ ਨੇ? ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼। ਕਿਸੇ ਵੀ ਰਾਜ ਦੀ ਸਥਾਪਨਾ ਦੇ ਵਾਸਤੇ ਚਾਰ ਚੀਜ਼ਾਂ ਦਾ ਹੋਣਾ ਬੜਾ ਜ਼ਰੂਰੀ ਹੈ। ਸਾਜ਼ ਮਟੀਰੀਅਲਿਜ਼ਮ, ਬਾਜ਼ ਨੀਤੀ, ਫੌਜ ਰੱਖਿਆ ਪ੍ਰਣਾਲੀ ਤੇ ਫਰਸ਼ ਜ਼ਮੀਨ। ਦੁਨੀਆ ਦਾ ਕੋਈ ਦੇਸ਼ ਐਸਾ ਨਹੀਂ ਜਿਹੜਾ ਇਹਨਾਂ ਚਾਰ ਚੀਜ਼ਾਂ ਤੋਂ ਬਿਨਾਂ ਸਿਰਜਿਆ ਜਾ ਸਕੇ, ਸਾਜ਼ ਬਾਜ਼ ਫੌਜ ਔਰ ਫਰਸ਼। ਪਾਤਸ਼ਾਹ ਕਹਿੰਦੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼, ਜਦੋਂ ਉਹ ਸ਼ਬਦ ਵਿੱਚ ਆ ਜਾਵੇ ਨਾ ਸਾਜ਼ੋ ਬਾਜ਼ੋ, ਇਹਦਾ ਮਤਲਬ ਹੈ ਕਿ ਪਹਿਲੇ ਸ਼ਬਦ ਨੂੰ ਦੂਜੇ ਸ਼ਬਦ ਦੇ ਨਾਲੋਂ ਤੋੜਿਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਦੇਗ ਤੇਗ ਫਤਿਹ, ਗਲਤ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਲਿਖਤ ਪੜ੍ਹ ਕੇ ਵੇਖੋ, ਕਹਿੰਦਾ ਦੇ ਗੋ ਤੇ ਗੋ ਫਤਿਹ, ਦੇਗ ਤੇਗ ਔਰ ਫਤਿਹ ਨੂੰ ਆਪਸ 'ਚ ਵੱਖ ਨਹੀਂ ਕੀਤਾ ਜਾ ਸਕਦਾ, ਇਹ ਸੰਬੰਧਕ ਕਾਰਕ ਬਣ ਜਾਂਦੇ ਨੇ। ਇਸੇ ਤਰ੍ਹਾਂ ਇਹ ਚਾਰ ਚੀਜ਼ਾਂ ਰਾਜ ਤੋਂ ਵੱਖ ਨਹੀਂ ਕੀਤੀਆਂ ਜਾ ਸਕਦੀਆਂ, ਸਾਜ਼ੋ ਬਾਜ਼ੋ ਫੌਜ਼ੋ ਫਰਸ਼। ਤੇ ਪਾਤਸ਼ਾਹ ਕਹਿੰਦੇ ਜਿਹਦੇ ਕੋਲ ਨਾ ਹੋਵੇ ਖੁਦਾਵੰਦ ਬਖਸ਼ ਇੰਦ ਇਹ ਐਸ਼ੋ ਅਰਸ਼, ਤੇ ਜੇ ਪਰਮਾਤਮਾ ਰਹਿਮਤ ਕਰ ਦੇਵੇ ਤਾਂ ਇਹ ਤਾਂ ਬੜੀਆਂ ਛੋਟੀਆਂ ਚੀਜ਼ਾਂ ਨੇ, ਐਸ਼ੋ ਅਰਸ਼ ਜ਼ਮੀਨ ਤੋਂ ਲੈ ਕੇ ਅਰਸ਼ ਤੱਕ ਉਹ ਬਖਸ਼ਿਸ਼ ਕਰ ਦਿੰਦਾ। ਪਰ ਪਾਤਸ਼ਾਹ ਕਹਿੰਦੇ ਮੈਂ ਲੜਨਾ ਨਹੀਂ ਚਾਹੁੰਦਾ। ਬਾ ਲਾ ਚਾਰਗੀ ਦਰਮਿਆਂ ਆਮਦਮ, ਬਾ ਤਦ ਵੀਰ ਤੀਰੋ ਤੁਫੰਗ ਆਮਦਮ। ਮੈਂ ਤਾਂ ਲਾਚਾਰਗੀ 'ਚ ਆ ਕੇ ਹਥਿਆਰ ਚੁੱਕੇ ਨੇ, ਤੂੰ ਜ਼ੁਲਮ ਇੰਨੇ ਕੀਤੇ, ਤੂੰ ਲੋਕਾਂ ਦੇ ਉੱਪਰ ਕਹਿਰ ਇੰਨਾ ਢਾਇਆ, ਤੂੰ ਲੋਕਾਂ ਨੂੰ ਕਿਸ ਤਰ੍ਹਾਂ ਦੇ ਨਾਲ ਤੰਗ ਕੀਤਾ, ਮੈਂ ਤਾਂ ਲੜਨਾ ਨਹੀਂ ਸੀ ਚਾਹੁੰਦਾ। ਪਰ ਮੇਰਾ ਅਕੀਦਾ ਇਹ ਹੈ ਕਿ ਚੂਕਾਰ ਅਜ਼ਹਮਾ ਹੀਲ ਤੇ ਦਰ ਗੁਚਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਜਦੋਂ ਸਾਰੇ ਹੀਲੇ ਵਸੀਲੇ ਧਿਰ ਉਪਾ ਟੂ ਰੀਡਰੈਸਿੰਗ ਇਹ ਰੋਂਗ, ਕਿਸੇ ਵੀ ਚੀਜ਼ ਨੂੰ ਰੀਡਰੈਸ ਕਰਨ ਦੀ ਪ੍ਰਕਿਰਿਆ ਖਤਮ ਹੋ ਜਾਂਦੀ ਹੈ, ਉਦੋਂ ਤਲਵਾਰ ਦੀ ਵਰਤੋਂ ਜਾਇਜ਼ ਹੈ। ਪਰ ਮੈਂ ਤੈਨੂੰ ਦੱਸਾਂ, ਮੈਂ ਪਹਾੜੀ ਰਾਜਾਂ ਨੂੰ ਖਤਮ ਕਿਉਂ ਕੀਤਾ? ਇੱਥੇ ਹੁਣ ਸਾਡੀ ਵਿਚਾਰਧਾਰਾ ਦੀ ਲਕੀਰ ਖਿੱਚੀ ਜਾਂਦੀ ਹੈ। ਕਿਵੇਂ ਖਤਮ ਕੀਤਾ? ਪਾਤਸ਼ਾਹ ਕਹਿੰਦੇ ਮਨਮ ਕੁਸ਼ਤਨਮ ਕੋਹਿਆ ਪੁਰਫਿਤਨ ਕਿ ਊ ਬੁੱਤ ਪ੍ਰਸਤਨ ਮਨਨ ਬੁੱਤ ਸ਼ਿਕਨ। ਪਹਾੜੀ ਰਾਜਿਆਂ ਦੇ ਨਾਲ ਮੇਰਾ ਕੋਈ ਨਿੱਜੀ ਵੈਰ ਨਹੀਂ, ਪਹਾੜੀ ਰਾਜਿਆਂ ਦੀ ਮੈਂ ਕਿਸੇ ਜ਼ਮੀਨ 'ਤੇ ਕਬਜ਼ਾ ਨਹੀਂ ਕਰਨਾ, ਪਹਾੜੀ ਰਾਜਿਆਂ ਦਾ ਮੈਂ ਕੋਈ ਰਾਜ ਨਹੀਂ ਸੀ ਖੋਣਾ। ਪਰ ਪਹਾੜੀ ਰਾਜਿਆਂ ਦੇ ਨਾਲ ਯੁੱਧ ਦਾ ਜਿਹੜਾ ਕਾਰਨ ਹੈ ਉਹ ਵਿਚਾਰਧਾਰਾ ਦੀ ਜੰਗ ਹੈ, ਉਹ ਬੁੱਤ ਪ੍ਰਸਤ ਨੇ ਮੈਂ ਬੁੱਤ ਸ਼ਿਕਨ ਹੈ। ਹੁਣ ਬੁੱਤ ਪ੍ਰਸਤੀ ਅਤੇ ਬੁੱਤ ਸ਼ਿਕਨੀ ਸਾਡੀ ਇਸਲਾਮ ਜਾਂ ਬੁੱਧ ਵਰਗੀ ਨਹੀਂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਦੀ ਵੀ ਕਿਸੇ ਧਰਮ ਦੇ ਧਾਰਮਿਕ ਸਥਾਨ 'ਚ ਬੁੱਤ ਨਹੀਂ ਤੋੜਿਆ। ਇੱਥੋਂ ਤੱਕ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਿਆ ਨਾ, ਉਦੋਂ ਵੀ ਤਾਕੀਦ ਕੀਤੀ ਸੀ ਕਿ ਕਿਸੇ ਦੇ ਧਰਮ ਅਸਥਾਨ ਨੂੰ ਨਹੀਂ ਢਾਉਣਾ। ਔਰ ਜਿਹੜਾ ਸਭ ਤੋਂ ਵੱਡਾ ਉਸ ਵੇਲੇ ਸਿੱਖਾਂ ਦਾ ਦੁਸ਼ਮਣ ਸੀ ਸ਼ੇਖ ਅਹਿਮਦ ਸਰਹੰਦੀ, ਜਿਹਦੀਆਂ ਚਿੱਠੀਆਂ ਦਾ ਸੰਗ੍ਰਹਿ ਹੈ ਮਕਤੂਬਾਤੇ ਇਮਾਮ ਰਬਾਨੀ, ਅਸਲੀ ਲਿਖਤ ਜਿਹੜੀ ਹੈ ਲਿਬਨਾਨ ਦੀ ਲਾਇਬ੍ਰੇਰੀ ਦੇ ਵਿੱਚ ਪਈ ਹੈ, ਉਹਦੀ 71 ਤੋਂ ਲੈ ਕੇ 74 ਨੰਬਰ ਤੱਕ 3 ਚਿੱਠੀਆਂ ਨੇ, ਜਿੱਥੇ ਉਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਰਦਾ, ਕਹਿੰਦਾ ਹੈ ਆਪਣੇ ਚੇਲੇ ਸ਼ੇਖ ਫਰੀਦ ਬੁਖਾਰੀ ਨੂੰ ਜਿਹੜਾ ਬਾਅਦ ਦੇ ਵਿੱਚ ਮੁਰਤਜ਼ਾ ਖਾਨ ਬਣਦਾ, ਕਹਿੰਦਾ ਖੁਸ਼ੀ ਹੋਈ ਹੈ ਕਿ ਅਰਜਨ ਵਰਗੇ ਕਾਫਰ ਦਾ ਸਿਰ ਵੱਢਿਆ ਗਿਆ। ਜਿਹੜਾ ਗੁਰੂ ਸਾਹਿਬ ਦੀ ਸ਼ਹਾਦਤ ਦੇ ਉੱਪਰ ਖੁਸ਼ੀ ਮਨਾ ਰਿਹਾ, ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕੀਤਾ ਪਰ ਉਹਦੇ ਮਕਬਰੇ ਨੂੰ ਨਹੀਂ ਢਾਇਆ, ਨਹੀਂ ਤੋੜਿਆ। ਹਾਂ, ਬੁੱਤ ਕਿਵੇਂ ਤੋੜੇ ਨੇ? ਬੁੱਤ ਮਾਨਸਿਕਤਾ 'ਚ ਤੋੜੇ ਜਾਂਦੇ ਨੇ। ਜੇ ਸਾਡੀ ਮਾਨਸਿਕਤਾ ਵਿੱਚ ਬੁੱਤ ਵਸ ਗਿਆ ਨਾ, ਤੇ ਮਾਫ਼ ਕਰਨਾ, ਫਿਰ ਉਹ ਬੁੱਤ ਨਹੀਂ ਟੁੱਟਦਾ। ਪਰ ਜਿਹੜਾ ਬੁੱਤ ਮਾਨਸਿਕਤਾ ਦੇ ਵਿੱਚ ਨਹੀਂ ਵਸਿਆ, ਉਹਨੂੰ ਤੋੜਨ ਦੀ ਵੀ ਲੋੜ ਨਹੀਂ। ਬੁੱਤ ਉਦੋਂ ਬੁੱਤ ਹੈ ਜਦੋਂ ਤੁਹਾਡੀ ਮਾਨਸਿਕਤਾ 'ਚ ਵਸ ਜਾਂਦਾ। ਹੁਣ ਬੁੱਤ ਨੇ ਬੁੱਤ ਪ੍ਰਸਤੀ ਦੀ ਵਿਰੋਧਤਾ ਕੀਤੀ, ਪਰ
ਮਾਨਸਿਕਤਾ ਦੇ ਵਿੱਚੋਂ ਬੁੱਤ ਪ੍ਰਸਤੀ ਨੂੰ ਨਾ ਤੋੜ ਸਕੇ ਉਹ ਜ਼ਿਆਦਾ ਵੱਡੇ ਰੂਪ ਦੇ ਵਿੱਚ ਅੱਜ ਪ੍ਰਗਟ ਹੋਈ ਹੈ, ਅੱਜ ਤੁਸੀਂ ਵੇਖਦੇ ਹੋ। ਪਰ ਉਸ ਐਸਟੈਬਲਿਸ਼ਮੈਂਟ ਦੇ ਸਾਹਮਣੇ, ਸਕ੍ਰਿਪਚਰ ਦੇ ਸਾਹਮਣੇ, ਬ੍ਰਹਮਨਿਸਟਿਕ ਜਿਹੜਾ ਸਕ੍ਰਿਪਚਰ ਉਹ ਪੈਦਾ ਕਿਵੇਂ ਹੁੰਦਾ? ਬੁੱਧ ਦੀ ਇੱਕ ਥਿਊਰੀ ਹੈ, ਉਹ ਥਿਊਰੀ ਇਹ ਹੈ ਵਾਈਟ ਐਂਡ ਗ੍ਰੇ ਐਲੀਫੈਂਟ। ਸਿਧਾਂਤ ਬੜਾ ਸੌਖਾ ਜਿਹਾ, ਜਿਸ ਤਰ੍ਹਾਂ ਨੇ ਉਹਨਾਂ ਨੂੰ ਸਮਝਾਇਆ ਦੁਨੀਆਂ ਨੇ ਪ੍ਰਵਾਨ ਕੀਤਾ, ਉਹਦੇ ਤੋਂ ਬੜਾ ਵੱਡਾ ਸਿਧਾਂਤ ਸਾਡੇ ਕੋਲ ਸੀ, ਦੱਸ ਨਹੀਂ ਸਕੇ। ਉਹਨਾਂ ਨੇ ਇੱਕ ਛੋਟੀ ਜਿਹੀ ਬੱਚਿਆਂ ਵਾਸਤੇ ਕਿਤਾਬ ਬਣਾਈ ਹੈ, ਉਹਨੂੰ ਕਹਿੰਦੇ ਵਾਈਟ ਐਂਡ ਗ੍ਰੇ ਐਲੀਫੈਂਟ ਥਿਊਰੀ। ਹੈ ਕਿ ਕਹਿੰਦੇ ਤੁਹਾਡਾ ਮਨ ਕਾਲਾ ਹੈ, ਕਾਲਾ ਹਾਥੀ, ਅਤੇ ਜਦੋਂ ਤੁਸੀਂ ਇਹਨੂੰ ਸਦਾਚਾਰ ਦੇ ਅੰਕੁਸ਼ ਦੇ ਨਾਲ ਵਸਚ ਕਰ ਲੈਂਦੇ ਹੋ ਚਿੱਟਾ ਹਾਥੀ ਬਣ ਜਾਂਦਾ। ਸੋ ਇੱਕ ਕਾਇਦੇ ਦੇ ਵਿੱਚ ਬੱਚੇ ਨੂੰ ਪੜ੍ਹਾਇਆ ਜਾਂਦਾ ਕਿ ਮਨ ਪਹਿਲਾਂ ਕਾਲਾ ਹਾਥੀ ਸੀ, ਅਖੀਰਲੇ ਸਫ਼ੇ 'ਤੇ ਜਾ ਕੇ ਚਿੱਟਾ ਹਾਥੀ ਹੋ ਗਿਆ। ਗੁਰਬਾਣੀ 'ਚ ਵੀ ਆਉਂਦਾ ਨਾ ਕਿ ਇਸ ਹਸਤੀ ਨੂੰ ਸ਼ਬਦ ਦੇ ਅੰਕੁਸ਼ ਦੇ ਨਾਲ ਮਨ ਨੂੰ ਕਾਬੂ 'ਚ ਰੱਖਿਆ ਜਾ ਸਕਿਆ। ਅਸੀਂ ਨਹੀਂ ਦੱਸ ਸਕੇ ਬੱਚਿਆਂ ਨੂੰ ਕਿ ਮਨ ਕੁੰਚਰ ਹੈ, ਸ਼ਬਦ ਅੰਕੁਸ਼ ਹੈ, ਇਹਦੇ ਨਾਲ ਕਾਬੂ ਕੀਤਾ ਜਾ ਸਕਦਾ। ਅਸੀਂ ਜਿਹੜੀ ਸਿੰਘ ਸਾਹਿਬ ਨੇ ਗੱਲ ਕੀਤੀ ਸੀ ਨਾ ਤਸਵੀਰ ਦਰਸ਼ਨ, ਆਪਣੇ ਸ਼ਹੀਦਾਂ ਅਤੇ ਆਪਣੇ ਫਲਸਫੇ ਦੀ ਕਿਸ ਤਰ੍ਹਾਂ ਤਸਵੀਰ ਨੂੰ ਪ੍ਰਗਟ ਕਰਨਾ ਸੀ, ਅਸੀਂ ਨਹੀਂ ਕਰ ਸਕੇ, ਉਹਨਾਂ ਨੇ ਕੀਤਾ। ਹੁਣ ਉਹ ਦੱਸਦੇ ਨੇ ਇਸੇ ਕਰਕੇ ਹੀ ਤੁਸੀਂ ਅੱਜ ਵੀ ਜਿੱਥੇ ਬੁੱਧ ਮਤ ਦਾ ਬਹੁਤਾ ਪ੍ਰਚਾਰ ਅਤੇ ਪ੍ਰਸਾਰ ਹੋਇਆ ਹੈ, ਤੁਸੀਂ ਅੱਜ ਵੀ ਥਾਈਲੈਂਡ ਚਲੇ ਜਾਓ, ਜੇ ਤੁਸੀਂ ਪੁਰਾਣੇ ਮੰਦਰ ਵੇਖੋ ਅਤੇ ਅੱਜ ਦੇ ਮੰਦਰ ਵੇਖੋ, ਸਟਰਕਚਰ ਦੇ ਸਾਹਮਣੇ ਸਟਰਕਚਰ ਕਿਵੇਂ ਪੈਦਾ ਕੀਤਾ ਜਾਂਦਾ ਹੈ। ਅੱਜ ਬੁੱਧ ਦੇ ਕਿਸੇ ਵੀ ਮੰਦਰ ਦੇ ਅੱਗੇ ਚਿੱਟਾ ਹਾਥੀ ਨਹੀਂ ਬਲਕਿ ਗਣੇਸ਼ ਪਿਆ ਹੋਇਆ, ਜਾ ਕੇ ਵੇਖ ਲਓ ਕਿਸੇ ਵੀ ਮੰਦਰ ਦੇ ਅੱਗੇ। ਤੇ ਜਿਹੜੇ ਬੁੱਧ ਨੂੰ ਮੰਨਣ ਵਾਲੇ ਸੀ ਨਾ, ਉਹਨਾਂ ਦੀ ਮਾਨਸਿਕਤਾ ਚੋਂ ਵੀ ਨਿਕਲ ਗਿਆ ਕਿ ਨਹੀਂ, ਜਿਸ ਦੇਵੀ ਪੂਜਾ ਜਾਂ ਦੇਵ ਪੂਜਾ ਦੇ ਬਾਰੇ ਸਾਨੂੰ ਵਰਜਿਆ ਗਿਆ ਸੀ, ਅਸੀਂ ਬੁੱਧ ਤੋਂ ਪਹਿਲਾਂ ਉਹ ਦੇਵ ਪੂਜਾ ਕਰ ਰਹੇ ਹਾਂ, ਉਹ ਵੀ ਸੋਚ ਰਹੇ ਨਹੀਂ ਸਾਡਾ ਹਾਥੀ ਤਾਂ ਹੁਣ ਬੜਾ ਸ਼ਿੰਗਾਰਿਆ ਗਿਆ, ਉਹ ਵੀ ਨਹੀਂ ਸਮਝ ਪਾ ਰਹੇ। ਇਹ ਸੀ ਕਿ ਬ੍ਰਾਹਮਣਵਾਦ ਕਿਸੇ ਕੌਮੀਅਤ ਨੂੰ ਖਤਮ ਕਰਨ ਦੇ ਵਾਸਤੇ ਸਟਰਕਚਰ ਦੇ ਸਾਹਮਣੇ ਸਟਰਕਚਰ ਪੈਦਾ ਕਰਦਾ ਹੈ, ਤੇ ਉਹ ਸਕ੍ਰਿਪਚਰ ਨੂੰ ਵੀ ਪੈਦਾ ਕਰਦਾ ਹੈ। ਉਹ ਕਿਵੇਂ ਪੈਦਾ ਕਰਦਾ? ਹਿੰਦੁਸਤਾਨ ਦੀ ਧਰਤੀ ਦੇ ਉੱਪਰ ਰਚੇ ਗਏ ਗ੍ਰੰਥ ਜਾਂ ਕਿਸੇ ਵੀ ਕਾਰਜ ਨੂੰ ਸ਼ੁਰੂ ਕਰਨ ਦੀ ਜਿਹੜੀ ਵਿਧ ਹੈ, ਉਸਨੂੰ ਕਿਹਾ ਜਾਂਦਾ ਸ਼੍ਰੀ ਗਣੇਸ਼ ਕਰਨਾ। ਚਾਹੇ ਕੋਈ ਵੈਸ਼ਨਵ ਹੈ, ਚਾਹੇ ਕੋਈ ਸ਼ੈਵ ਹੈ, ਚਾਹੇ ਕੋਈ ਸਾਕਤ ਹੈ, ਹਿੰਦੂ ਧਰਮ ਦੇ ਕਿਸੇ ਵੀ ਮਤ ਨਾਲ ਜੁੜਿਆ ਹੋਇਆ ਕੋਈ ਵੀ ਵਿਅਕਤੀ ਹੈ, ਉਹਦੀ ਪੂਜਾ ਪੱਧਤੀ ਦਾ ਇੱਕ ਹਿੱਸਾ ਹੈ ਕਿ ਕਿਸੇ ਵੀ ਕਾਰਜ ਨੂੰ ਸ਼ੁਰੂ ਕਰਨਾ ਤੇ ਗਣੇਸ਼ ਪੂਜਾ ਪਹਿਲਾਂ ਜ਼ਰੂਰੀ ਹੈ। ਉਸ ਤੋਂ ਬਿਨਾਂ ਕਿਸੇ ਕਾਰਜ ਦੀ ਆਰੰਭਤਾ ਨਹੀਂ ਹੋਏਗੀ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇਸਲਾਮ ਹਰ ਗੱਲ ਨੂੰ ਸ਼ੁਰੂ ਕਰਨ ਤੋਂ ਕਹਿੰਦਾ ਬਿਸਮਿੱਲਾ ਕਰਨਾ, ਤੇ ਉਹਦਾ ਕਲਮਾ ਦੇ ਵਿੱਚ ਜਿਹੜਾ ਬਿਸਮਾਲ ਪੜਿਆ ਜਾਂਦਾ ਹੈ, ਬਿਸਮਿੱਲਾ ਰਹਿਮਾਨੁਰ ਰਹੀਮ। ਨਹੀਂ ਪਤਾ ਇਹਨਾਂ ਅਰਥਾਂ ਦਾ ਕਿ ਅਰੇਬਿਕ ਲੈਂਗੁਏਜ ਦੇ ਵਿੱਚ ਜਿਹੜੇ ਸ਼ਬਦ ਹੁੰਦੇ ਨੇ ਉਹਨਾਂ ਨੂੰ ਅੰਕਾਂ ਦਾ ਵੇਟ ਬਣਾ ਕੇ ਮਈਅਰ ਕੀਤਾ ਜਾਂਦਾ, ਤੇ 786 ਲਿਖਣ ਦਾ ਭਾਵ ਹੁੰਦਾ ਬਿਸਮਿੱਲਾ ਰਹਿਮਾਨੁਰ ਰਹੀਮ। ਸਾਡੇ ਬੱਚੇ ਹੱਥਾਂ 'ਤੇ ਵੀ ਲਿਖਾਈ ਫਿਰਦੇ ਨੇ, ਅਤੇ ਹੁਣ ਤਾਂ ਮੈਂ ਵੇਖਿਆ ਕੜੇ ਪਾਏ ਹੁੰਦੇ ਨੇ ਸਿੱਖਾਂ ਨੇ, ਉੱਪਰ 786 ਲਿਖਿਆ ਹੁੰਦਾ, ਅਤੇ 786 ਜਦੋਂ ਉਹਨਾਂ ਨੇ ਲਿਖਣਾ ਹੁੰਦਾ ਬਿਸਮਿੱਲਾ ਰਹਿਮਾਨੁਰ ਰਹੀਮ, ਜਿਸ ਤਰ੍ਹਾਂ ਤੁਸੀਂ ਅੱਜ ਇੰਟਰਨੈਟ ਯੂਜ਼ ਕਰਦੇ ਹੋ, ਸੋਸ਼ਲ ਮੀਡੀਆ 'ਤੇ ਚੈਟ ਕਰਦੇ ਹੋ, ਤੁਸੀਂ ਸਤਿ ਸ਼੍ਰੀ ਅਕਾਲ ਲਿਖਣ ਦੀ ਜਗ੍ਹਾ SSA ਪਾ ਦਿੰਦੇ ਹੋ। ਉਹ ਸ਼ਾਰਟ ਵਰਡਿੰਗ ਦੇ ਵਿੱਚ ਜਦੋਂ ਬਿਸਮਿੱਲਾ ਰਹਿਮਾਨੁਰ ਰਹੀਮ ਲਿਖਣਾ ਹੁੰਦਾ, ਅਤੇ ਉਹਦਾ ਅੰਕ ਗਣਿਤ ਦੇ ਵਿੱਚ ਜਿਹੜਾ ਭਾਰ ਤੋਲ ਸੈੱਟ ਕਰਕੇ ਉਹਨੂੰ ਕਿਹਾ ਜਾਂਦਾ 786, ਅਤੇ 786 ਨੂੰ ਜਦੋਂ ਮੁਸਲਮਾਨ ਪੜ੍ਹੇਗਾ ਵੀਰ, ਉਹ ਮੁਸਲਮਾਨ ਵੀਰ ਸਾਡੇ ਨੂੰ 786 ਨਹੀਂ ਪੜ੍ਹੇਗਾ 786, ਉਹ 786 ਨੂੰ ਪੜ੍ਹੇਗਾ ਬਿਸਮਿੱਲਾ ਰਹਿਮਾਨੁਰ ਰਹੀਮ। ਸੋ ਸਾਡੇ ਸਾਹਿਤ ਦੇ ਸਾਹਮਣੇ, ਸਕ੍ਰਿਪਚਰ ਦੇ ਸਾਹਮਣੇ ਸਕ੍ਰਿਪਚਰ ਕਿਵੇਂ ਪੈਦਾ ਕੀਤਾ ਗਿਆ? ਹੁਣ ਉਸੇ ਖਿੱਤੇ ਦੇ ਵਿੱਚ ਜਿੱਥੇ ਉਸ ਧਰਮ ਨਾਲ ਸੰਬੰਧਿਤ ਸਾਰੇ ਮਤ ਕਹਿੰਦੇ ਨੇ ਕਿ ਜਦੋਂ ਕਿਸੇ ਕਾਰਜ ਦੀ ਆਰੰਭਤਾ ਕਰਨੀ ਹੈ, ਗਣੇਸ਼ ਪੂਜਾ ਕਰਨੀ ਹੈ, ਇੱਕ ਸਿੱਖ ਮਤ ਹੈ, ਇੱਕ ਵੱਖਰੀ ਵਿਚਾਰਧਾਰਾ ਲੈ ਕੇ ਆ ਰਿਹਾ ਕਿ ਸਿੱਖ ਜਨਮ ਸੰਸਕਾਰ ਤੋਂ ਲੈ ਕੇ ਮ੍ਰਿਤਕ ਸੰਸਕਾਰ ਤੱਕ ਆਨੰਦ ਸਾਹਿਬ ਤੋਂ ਸ਼ੁਰੂ ਕਰਦਾ। ਹੁਣ ਇਹ ਖੇਡ ਬਿਲਕੁਲ ਵੱਖਰੀ ਹੋ ਗਈ। ਉਹ ਕਹਿੰਦੇ ਨੇ ਸ਼੍ਰੀ ਗਣੇਸ਼ ਕਰਨਾ, ਸਿੱਖ ਆਨੰਦ ਸਾਹਿਬ ਪੜ੍ਹਦਾ, ਜਨਮ ਹੁੰਦਾ ਹੈ ਤਾਂ ਆਨੰਦ ਸਾਹਿਬ, ਆਨੰਦ ਕਾਰਜ ਹੁੰਦਾ ਹੈ ਤਾਂ ਆਨੰਦ ਸਾਹਿਬ, ਅੰਮ੍ਰਿਤ ਸੰਸਕਾਰ ਹੁੰਦਾ ਹੈ ਤਾਂ ਆਨੰਦ ਸਾਹਿਬ, ਮ੍ਰਿਤਕ ਸੰਸਕਾਰ ਹੁੰਦਾ ਹੈ ਤਾਂ ਆਨੰਦ ਸਾਹਿਬ। ਹੁਣ ਇਹ ਜਿਹੜਾ ਆਨੰਦ ਸਾਹਿਬ ਹੈ, ਉਸ ਬ੍ਰਾਹਮਣਵਾਦੀ ਸੋਚ ਦੇ ਉੱਪਰ ਚੋਟ ਮਾਰਦਾ, ਅਤੇ ਉਸ ਚੇਟ ਨੂੰ ਤਬਦੀਲ ਕਿਵੇਂ ਕਰਦੇ ਨੇ, ਕਿਵੇਂ ਬਦਲਦੇ ਨੇ? ਉਹ ਇਸ ਤਰ੍ਹਾਂ ਬਦਲਦੇ ਨੇ, ਸਾਡੇ ਸਰੋਤਾਂ ਨੂੰ ਕਿਸ ਤਰ੍ਹਾਂ ਤਬਦੀਲ ਕੀਤਾ ਜਾਂਦਾ, ਕਿਵੇਂ ਬਦਲਿਆ ਜਾਂਦਾ। ਇੱਕ ਗ੍ਰੰਥ ਦੇ ਵਿੱਚ ਲਿਖਿਆ ਗਿਆ
कि जो तीसरे पातशाह दे घर पुत्रे ने जन्म लिया तो उस पुत्रे का नक बड़ा लंबा सी। तीसरे पातशाह ने वेख के कहा कि साढ़े घर के गणेश का अवतार प्रगट होया तो उहदा नाम जिहड़ा सी आनंद जी रखा गया। तो उस गणेश जी के कलयुग के अवतार आनंद जी को समर्पित आनंद साहब उचारिया गया। जिहड़ा सिख आनंद साहब पढ़ते ने यह गणेश जी की पूजा ही करते हैं लिखा जा रहा किताबों में। सो ਉਹ ਸੀ ਉਹਨਾਂ ਨੇ ਬੁੱਧ ਦੇ ਸਟਰਕਚਰ ਦੇ ਸਾਹਮਣੇ ਸਟਰਕਚਰ ਕਿਵੇਂ ਪੈਦਾ ਕੀਤਾ ਤੇ ਤੁਹਾਡੇ ਸਕ੍ਰਿਪਚਰ ਦੇ ਸਾਹਮਣੇ ਸਕ੍ਰਿਪਚਰ ਕਿਵੇਂ ਪੈਦਾ ਕੀਤਾ। ਤੁਸੀਂ ਕੇਸਾਂ ਦੀ ਮਹਾਨਤਾ ਦੀ ਗੱਲ ਸੁਣੀ ਹੈ। ਕੇਸਰ ਸਿੰਘ ਛਿੱਬਰ ਦਾ ਬੰਸਾਵਲੀ ਨਾਮਾ ਪੜ੍ਹ ਕੇ ਵੇਖਿਓ ਕਿਤੇ। ਕੇਸਰ ਸਿੰਘ ਛਿੱਬਰ ਨਾਮੇ ਦੇ ਬੰਸਾਵਲੀ ਨਾਮੇ ਦੇ ਵਿੱਚ ਲਿਖੀ ਗਈ ਗੱਲ ਹੈ ਕਿ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਨੂੰ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਦੇ ਦਿੱਤੀ ਤੇ ਉਹ ਤੋਂ ਬਾਅਦ ਦੇਵੀ ਦੇ ਅੱਗੇ ਹੱਥ ਜੋੜ ਕੇ ਬੈਠੇ ਨੇ ਤੇ ਸ਼ਬਦ ਪਤਾ ਕੀ ਖਵਾਏ ਨੇ। ਫਿਰ ਗੁਰੂ ਨੇ ਆਖਿਆ ਭੱਦਣ ਕਿਰਿਆ ਹੈ ਔਖੀ, ਜੁੱਧ ਵਿੱਚ ਇਹ ਨਾ ਹੋ ਸੀ ਚਾਲ ਕਰੀਏ ਸੌਖੀ। ਇਹ ਸ਼ਬਦ ਨੇ ਕੇਸਰ ਸਿੰਘ ਛਿੱਬਰ ਦੇ ਲਿਖੇ ਬੰਸਾਵਲੀ ਨਾਮੇ ਦੇ। ਹੁਣ ਤਾਂ ਦੱਸਾਂ ਭੱਦਣ ਕਿਰਿਆ ਕੀ ਹੈ? ਸ਼ੇਵ ਕਰਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਦੇਵੀ ਦੇ ਅੱਗੇ ਅਰਦਾਸ ਕਰ ਰਹੇ ਨੇ ਉਸ ਗ੍ਰੰਥ ਦੇ ਮੁਤਾਬਕ ਕਿ ਹੇ ਮਾਤਾ, ਮੈਦਾਨੇ ਜੰਗ 'ਚ ਜੂਝਣਾ ਪੈਣਾ ਹੈ, ਵਕਤ ਸਾਡੇ ਕੋਲ ਹੋਣਾ ਨਹੀਂ, ਸ਼ੇਵ ਕਰਾਉਣ ਦਾ ਟਾਈਮ ਨਹੀਂ ਮਿਲਣਾ, ਸਾਨੂੰ ਕੇਸ ਰੱਖਣ ਦੀ ਇਜਾਜ਼ਤ ਦੇ ਦੇ। ਇਹ ਬੰਸਾਵਲੀ ਨਾਮੇ ਦੇ ਸ਼ਬਦ ਨੇ। ਇਹ ਤੁਹਾਡੇ ਸਾਹਿਤ ਦੇ ਉੱਪਰ ਹਮਲਾ ਹੈ, ਉਸ ਸਾਹਿਤ ਦੇ ਉੱਪਰ, ਉਸ ਧਰਮ ਦੇ ਉੱਪਰ, ਜਿਸ ਧਰਮ ਦੇ ਧਰਮ ਗ੍ਰੰਥ ਜਦੋਂ ਸਾਕਾਰ ਰੂਪ 'ਚ ਪਰਮਾਤਮਾ ਦਾ ਚਿੱਤਰਣ ਵੀ ਕਰਦੇ ਨੇ ਨਾ, ਤੇ ਗੁਰਬਾਣੀ ਬੜਾ ਪਿਆਰਾ ਬਿਆਨ ਕਰਦੀ ਹੈ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਪਰਮਾਤਮਾ ਦੇ ਸਰਾਕੂ ਰੂਪ ਨੂੰ ਗੁਰੂ ਨਾਨਕ ਸਾਹਿਬ ਚਿੱਤਰਦੇ ਨੇ, ਉਹ ਕਹਿੰਦੇ ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣਾ ਨੱਕ ਜਿਨ ਲੰਬੜੇ ਵਾਲਾ। ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਨੇ ਪੁਕਾਰ। ਜਿੱਥੇ ਪਰਮਾਤਮਾ ਦਾ ਸਾਕਾਰ ਰੂਪ ਵੀ ਚਿਤਵਿਆ ਗਿਆ ਉੱਥੇ ਵੀ ਉਸ ਨੂੰ ਕੇਸਾ ਧਾਰੀ ਕਿਹਾ ਗਿਆ। ਤੇ ਮਾਫ ਕਰਨਾ, ਅੱਜ ਤੁਹਾਡੇ ਤੇ ਬੌਧਿਕ ਹਮਲਾ ਕੀਤਾ ਜਾ ਰਿਹਾ ਹੈ ਕਿ ਜੇਕਰ ਸਿੱਖ ਕੇਸ ਰੱਖਦਾ ਹੈ ਤੇ ਕੁਝ ਸਮੇਂ ਦੇ ਵਾਸਤੇ ਦੇਵੀ ਕੋਲ ਲਈ ਗਈ ਪਰਮਿਸ਼ਨ ਹੈ। ਇੱਥੇ ਹੀ ਨਹੀਂ, ਇੱਕ ਕਿਤਾਬ ਆਈ ਹੈ ਐਸ ਅਸ਼ੋਕ ਦੀ ਲਿਖੀ ਹੋਈ ਹਰੀ ਸਿੰਘ ਨਲੂਆ। ਇਹ ਹਮਲੇ ਦਾ ਅਗਲਾ ਰੂਪ ਤੁਹਾਡੇ ਸਾਹਮਣੇ ਆਉਣ ਲੱਗਾ। ਉਹਦੇ ਵਿੱਚ ਕੀ ਲਿਖਿਆ ਕਿ ਸ਼ਹੀਦ ਹੋਣ ਤੋਂ ਪਹਿਲਾਂ ਜਦੋਂ ਹਰੀ ਸਿੰਘ ਨਲਵੇ ਨੂੰ ਪਤਾ ਲੱਗਾ ਕਿ ਹੁਣ ਮੈਨੂੰ ਜਮਰੌਦ ਜਾਣਾ ਪਵੇਗਾ, ਉਸਨੇ ਸ਼ਰਨ ਕੌਰ ਨੂੰ ਕਿਹਾ ਇੱਕ ਦਿਨ ਰੁਕ ਜਾ। ਉਹ ਹੀ ਸ਼ਰਨ ਕੌਰ ਜਿਹੜੀ ਭਾਈ ਮਹਾਂ ਸਿੰਘ ਦੇ ਕਹਿਣ ਦੇ ਉੱਪਰ ਕਿਲੇ 'ਚੋਂ ਸੁਨੇਹਾ ਲੈ ਕੇ ਆਈ ਸੀ। ਇੱਕ ਦਿਨ ਰੁਕ ਜਾ, ਕਾਹਦੇ ਵਾਸਤੇ? ਮਰਨ ਤੋਂ ਪਹਿਲਾਂ ਇਕਾਦਸ਼ੀ ਦਾ ਵਰਤ ਰੱਖ ਲੈਣ ਦੇ। ਕਿਤਾਬ ਦੇ ਵਿੱਚ ਲਿਖਿਆ ਜੀ, ਉਹ ਕਿਤਾਬ ਬੜੀ ਮੋਟੀ ਜੀ, ਸਿੱਖਾਂ ਦੇ ਘਰਾਂ 'ਚ ਪੜ੍ਹਾਈ ਜਾ ਰਹੀ ਜੀ, ਪੜ੍ਹ ਕੇ ਵੇਖਿਓ। ਸ਼ਹੀਦ ਹੋਣ ਤੋਂ ਪਹਿਲਾਂ ਇਕਾਦਸ਼ੀ ਦਾ ਵਰਤ ਰੱਖਿਆ ਤੇ ਅਗਲੀ ਗੱਲ ਕੀ ਲਿਖਦੀ ਹੈ? ਉਹ ਰਾਈਟਰ ਤੇ ਉਹ ਪ੍ਰੋਫੈਸਰ ਦੋਵੇਂ ਜਾਣੇ, ਉਹ ਲਿਖਦਾ ਕਹਿੰਦਾ ਕਿ ਹਰੀ ਸਿੰਘ ਨਲੂਆ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਦਰਬਾਰ 'ਚ ਹਾਜ਼ਰ ਹੋਣ ਸਮੇਂ ਦਸਤਾਰ ਸਜਾਉਂਦਾ ਸੀ, ਵੈਸੇ ਉਹ ਕੇਸ ਰਹਿਤ ਸੀ। ਇਹ ਸਾਡੇ ਧਾਰਮਿਕ ਵਿਚਾਰਧਾਰਾ ਦੇ ਉੱਪਰ ਹੋ ਰਹੇ ਹਮਲੇ ਨੇ, ਇਹ ਸਾਡੇ ਇਤਿਹਾਸ ਦੇ ਉੱਪਰ ਹੋ ਰਹੇ ਹਮਲੇ ਨੇ। ਮੈਂ ਕਿਤਾਬ ਔਰ ਲੇਖਕਾਂ ਦੇ ਨਾਮ ਵੀ ਤੁਹਾਡੇ ਨਾਲ ਨਾਲ ਸਾਂਝੇ ਕਰਦਾ ਜਾ ਰਿਹਾ ਕਿ ਇਹ ਕਿਤਾਬਾਂ ਇੰਟਰਨੈਟ ਦੇ ਉੱਪਰ, ਇਹਨਾਂ ਦੀਆਂ PDF ਵੀ ਅਵੇਲੇਬਲ ਨੇ, ਤੁਸੀਂ ਵੇਖ ਕੇ ਪੜ੍ਹ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਧਰਮ ਦੀ ਵਿਚਾਰਧਾਰਾ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ। ਅਗਲੀ ਗੱਲ ਆ ਜਾਂਦੀ ਹੈ, ਉਹ ਗੱਲ ਆ ਜਾਂਦੀ ਹੈ ਕਿ ਜਦੋਂ ਤੁਹਾਡੇ ਸਾਹਿਤ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਹੁੰਦਾ ਹੈ, ਫਿਰ ਜਿਹੜਾ ਦੁਸ਼ਮਣ ਹੈ ਨਾ, ਉਹ ਤੁਹਾਨੂੰ ਨਿਸ਼ਾਨਾ ਬਣਾਉਣ ਦੇ ਵਾਸਤੇ ਆਪਣੇ ਦੁਸ਼ਮਣ ਨੂੰ ਆਪਣੀ ਸਫਬੰਦੀ 'ਚ ਖੜਾ ਕਰਦਾ। ਉਹ ਕਿਵੇਂ ਖੜਾ ਕਰਦਾ? ਇਲਾਹਾਬਾਦ ਯੂਨੀਵਰਸਿਟੀ ਦੇ ਮੈਡੀਵਲ ਹਿਸਟਰੀ ਡਿਪਾਰਟਮੈਂਟ ਦੀ ਹੈੱਡ ਆਫ ਦੀ ਡਿਪਾਰਟਮੈਂਟ ਰੀਟਾ ਜੋਸ਼ੀ ਇੱਕ ਕਿਤਾਬ ਲਿਖਦੀ ਹੈ, ਔਰੰਗਜ਼ੇਬ ਔਰ ਹਿੰਦੂਓਂ ਕੇ ਸੰਬੰਧ। ਕਿਤਾਬ ਦੇ ਵਿੱਚ ਕੀ ਹੈ ਉਹ ਗੱਲ ਸਾਂਝੀ ਕਰਨ ਤੋਂ ਪਹਿਲਾਂ ਮੈਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਭਾਈ ਨੰਦ ਲਾਲ ਜੀ ਇੱਕ ਗੜੀ ਪਿਆਰੀ ਗੱਲ ਬਿਆਨ ਕਰਦੇ ਨੇ। ਭਾਈ ਨੰਦ ਲਾਲ ਜੀ ਦੀ ਰਚਨਾ ਹੈ ਗੰਜਨਾਮਾ। ਗੰਜਨਾਮੇ ਦੇ 160 ਸ਼ੇਰ ਨੇ, 105 ਨੰਬਰ ਤੋਂ ਲੈ ਕੇ 160 ਸ਼ੇਰ ਜਿਹੜੇ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਸਫ ਦੇ ਵਿੱਚ ਨੇ, ਸਿਫਤਾਂ ਦੇ ਵਿੱਚ ਨੇ। ਮੈਂ ਤਾਂ ਕਈ ਵਾਰੀ ਹੈਰਾਨ ਰਹਿ ਜਾਂਦਾ ਕਿ ਜਿੰਨੇ ਕੁ ਅਸੀਂ ਬੈਠੇ ਹਾਂ ਨਾ, ਜੇ ਮੈਂ ਸਾਰਿਆਂ ਨੂੰ ਕਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਕ ਇੱਕ ਸਿਫਤ ਬਿਆਨ ਕਰੋ ਨਾ, ਤੇ 10-12 ਸਿਫਤਾਂ ਤੋਂ ਬਾਅਦ ਸਾਡੇ ਕੋਲ ਸ਼ਬਦ ਮੁੱਕ ਜਾਂਦੇ ਆ।
ਸ਼ਬਦ ਮੁੱਕ ਜਾਂਦੇ ਨੇ ਸਾਡੇ ਕੋਲ। ਅਸੀਂ ਕਹਿ ਦਾਂਗੇ ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ, ਬਾਜਾਂ ਵਾਲੇ, ਬਾਦਸ਼ਾਹ ਦਰਵੇਸ਼, ਅੰਮ੍ਰਿਤ ਦੇ ਦਾਤੇ, ਤੇਗ ਦੇ ਧਨੀ, ਕਲਮ ਦੇ ਧਨੀ। 12 ਕੁ ਤੋਂ ਬਾਅਦ ਮੈਂ ਵੇਖਿਆ ਸਾਡੇ ਕੋਲ ਸ਼ਬਦ ਮੁੱਕ ਜਾਂਦੇ ਨੇ। ਤੇ ਜਿਹੜੇ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਸਫ ਦੇ ਵਿੱਚ, ਸਿਫਤ ਦੇ ਵਿੱਚ ਉਹ ਲਿਖਦੇ ਨੇ ਸ਼ੇਰ, ਉਹਨਾਂ ਸ਼ੇਰਾਂ ਦੀ ਗਿਣਤੀ 55 ਹੈ ਤੇ ਸਿਫਤਾਂ ਦੀ ਗਿਣਤੀ 150 ਤੋਂ ਉੱਪਰ। ਤੁਸੀਂ ਪੜ੍ਹਦੇ ਹੋ ਕੀਰਤਨ ਵਿੱਚ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਕਿੰਨੀਆਂ ਜ਼ਿਆਦਾ ਉਹਨਾਂ ਨੇ ਵਸਫ ਲਿਖ ਦਿੱਤੇ। ਉਹਨਾਂ ਵਸਫ ਲਿਖਣ ਤੋਂ ਪਹਿਲਾਂ ਅਖੀਰ 'ਤੇ ਜਾ ਕੇ 158 ਨੰਬਰ ਸ਼ੇਰ 'ਚ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਕਿ ਕਲਗੀਧਰ ਪਾਤਸ਼ਾਹ, ਹੁਣ ਤੇਰੀਆਂ ਸਿਫਤਾਂ ਨਹੀਂ ਮੁੱਕੀਆਂ, ਸ਼ਬਦ ਮੁੱਕ ਗਏ। ਫਿਰ ਕਹਿੰਦੇ ਨੇ ਕਿ ਲਾਲ ਸੱਗ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗ ਦਾਰੇ ਨਾਮ ਗੁਰੂ ਗੋਬਿੰਦ ਸਿੰਘ। ਹੁਣ ਤਾਂ ਨੰਦ ਲਾਲ ਇੰਨਾ ਕਹਿ ਸਕਦਾ ਕਿ ਨੰਦ ਲਾਲ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦਾ ਕੁੱਤਾ ਹੈ, ਤੇਰੀ ਸਿਫਤ ਵਿੱਚ, ਤੇਰੀ ਵਸਲ ਵਿੱਚ ਭੌਂਕ ਤਾਂ ਸਕਦਾ, ਪਰ ਸ਼ਕਤੀ ਵਾਲੇ ਸ਼ਬਦਾਂ ਬਿਆਨ ਨਹੀਂ ਕਰ ਸਕਦਾ। ਹੁਣ ਨੰਦ ਲਾਲ ਸਿਫਤਾਂ ਨੂੰ ਬਿਆਨ ਨਹੀਂ ਕਰ ਸਕਦਾ ਤੇ ਆਖਰੀ ਸ਼ੇਰ ਮੈਂ ਹੈਰਾਨ ਹੋ ਜਾਂਦਾ। ਨੰਦ ਲਾਲ ਕਹਿੰਦਾ ਪਾਤਸ਼ਾਹ, ਇੰਨਾ ਭੌਂਕਣ ਤੋਂ ਬਾਅਦ ਜੇ ਕਿਤੇ ਹੁਣ ਤੂੰ ਮੈਨੂੰ ਪੁੱਛੇ ਨਾ ਨੰਦ ਲਾਲ ਤੈਨੂੰ ਕੀ ਚਾਹੀਦਾ, ਤੇ ਕਹਿੰਦਾ ਨੰਦ ਲਾਲ ਪਤਾ ਕੀ ਕਹੇਗਾ, ਕੀ ਚਾਹੀਦਾ? ਜ਼ਾਨ ਬਾਦਿਸ਼ ਫਿਦਾਏ ਗੁਰੂ ਗੋਬਿੰਦ ਸਿੰਘ, ਫਰਕ ਉੱਪਰ ਪਾਏ ਗੁਰੂ ਗੋਬਿੰਦ ਸਿੰਘ, ਅਕਲ ਕੀ ਤਰ ਪਾਤਸ਼ਾਹ, ਹੁਣ ਤੇਰੇ ਚਰਨਾਂ ਦੇ ਉੱਪਰ ਮੇਰਾ ਸਿਰ ਹੋਵੇ ਤੇ ਮੇਰੇ ਪ੍ਰਾਣ ਨਿਕਲ ਜਾਣ। ਨੰਦ ਲਾਲ ਬਸ ਇਹੀ ਮੰਗਦਾ ਤੇਰੇ ਤੋਂ। ਤੇ ਉਹੀ ਨੰਦ ਲਾਲ ਗੰਜਨਾਮੇ ਦੇ 104 ਨੰਬਰ ਸ਼ੇਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਬਾਰੇ ਕੀ ਕਹਿੰਦੇ ਨੇ, ਉਹਨਾਂ ਦੀ ਸ਼ਖਸੀਅਤ ਦੇ ਬਾਰੇ ਕੀ ਕਹਿੰਦੇ ਨੇ? ਉਹ ਕਹਿੰਦੇ ਤੇਗ ਬਹਾਦਰ ਰਾ ਸਰਾਪਾ ਅਫਜ਼ਾਲ। ਇਹ ਸਾਰੇ ਸ਼ਬਦ ਫਾਰਸੀ ਦੇ ਨੇ, ਸਰਾਪਾ ਸ਼ਬਦ ਅਰਬੀ ਦਾ। ਸਰਾਪਾ ਕਿਹਾ ਜਾਂਦਾ ਰੂਹ ਤੋਂ। ਅਸੀਂ ਕਿਸੇ ਮੁਸਲਮਾਨ ਵੀਰ ਨੂੰ ਪੁੱਛੀ ਤੇਰਾ ਕੀ ਹਾਲ ਹੈ, ਕਹਿੰਦਾ ਖੁਦਾ ਦਾ ਫਜ਼ਲ ਹੈ, ਫਜ਼ਲ ਦਾ ਪਾਵਨ ਦਾ ਮਿਹਰ, ਕਰਮ, ਰਹਿਮਤ, ਦਇਆ, ਅਫਜ਼ਾਲ, ਬਹੁਤ ਸਾਰੀਆਂ ਰਹਿਮਤਾਂ, ਫਜ਼ਲ ਦਾ ਬਹੁ ਵਚਨ। ਤੇਗ ਬਹਾਦਰ ਰਾਹ ਸਰਾਪਾ ਅਫਜ਼ਾਲ, ਗੁਰੂ ਤੇਗ ਬਹਾਦਰ ਸਾਹਿਬ ਰੂਹ ਤੋਂ ਲੈ ਕੇ ਫਜ਼ਲ ਦੇ, ਮਿਹਰ ਦੇ, ਕਰਮ ਦੇ ਭਰੇ ਹੋਏ ਨੇ। ਪਰ ਖੂਬੀ ਇਹ ਹੈ, ਜ਼ੀਨਤ ਰਾਏ ਮਹਿਫਿਲ ਜ਼ਾਹੋ ਜ਼ਲਾਲ, ਖੂਬੀ ਇਹ ਹੈ ਕਿ ਜਦੋਂ ਉਹ ਕਿਸੇ ਦੇ ਨਾਲ ਵਾਰਤਾਲਾਪ ਕਰਦੇ ਨੇ ਨਾ, ਤੇ ਕੋਈ ਉਹਨਾਂ ਦੇ ਅੱਗੇ ਗੱਲ ਨਹੀਂ ਕਰ ਸਕਦਾ। ਉਹਨਾਂ ਦਾ ਜ਼ਲਾਲ, ਜ਼ੀਨਤ ਰਾਏ ਮਹਿਫਿਲ ਜ਼ਾਹੋ ਜ਼ਲਾਲ, ਉਹ ਜ਼ਲਾਲ ਵੱਖਰਾ ਹੀ ਹੈ। ਤੇ ਮੈਂ ਸੋਚਦਾ ਕਿਤੇ ਉਹ ਜ਼ਲਾਲ ਮਕਤਲ 'ਚ ਵੇਖਣਾ ਹੋਵੇ, ਉਹ ਮਕਤਲ ਜਿੱਥੇ ਦੁਨੀਆਂ ਦਾ ਵੱਖਰਾ ਇਤਿਹਾਸ ਰਚਿਆ ਗਿਆ। ਅੱਜ ਤੱਕ ਦੁਨੀਆਂ ਦੇ ਧਾਰਮਿਕ ਇਤਿਹਾਸ ਦੇ ਵਿੱਚ ਤੁਹਾਨੂੰ ਇੱਕ ਵੀ ਮਿਸਾਲ ਨਹੀਂ ਮਿਲੇਗੀ ਕਿ ਕਿਸੇ ਧਰਮ ਦੇ ਰਹਿਬਰ ਨੇ ਉਸ ਧਰਮ ਦੀ ਧੋਤੀ, ਟੋਪੀ ਤੇ ਧਾਰਮਿਕ ਚਿੰਨ੍ਹਾਂ ਦੇ ਵਾਸਤੇ ਆਪਣੇ ਸਰੀਰ ਦਾ ਠੀਕਰਾ ਕੁਰਬਾਨ ਕਰ ਦਿੱਤਾ, ਜਿਨ੍ਹਾਂ ਚਿੰਨ੍ਹਾਂ ਨੂੰ ਆਪ ਹੀ ਪਹਿਲੇ ਜੰਮ 'ਚ ਨਕਾਰ ਦਿੱਤਾ ਸੀ। ਦਇਆ ਕਪਾਹ, ਸੰਤੋਖ ਸੂਤ, ਜੱਤ ਗੰਢੀ, ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਉਦੋਂ ਕਿਹਾ ਸੀ ਕਿ ਤੂੰ ਕਰਮ ਕਾਂਡਾਂ ਦੇ ਅਧੀਨ ਮੈਨੂੰ ਪਾਉਣਾ ਚਾਹੁੰਦਾ ਹੈ, ਪਰ ਮੈਂ ਪਾਉਣਾ ਨਹੀਂ ਚਾਹੁੰਦਾ। ਨੌਵੇਂ ਜਾਮੇ 'ਚ ਕਿਹਾ ਕਿ ਬਾਦਸ਼ਾਹ ਤੂੰ ਜ਼ੁਲਮ ਦੇ ਨਾਲ ਲਾਉਣਾ ਚਾਹੁੰਦਾ, ਮੈਂ ਲਾਉਣ ਨਹੀਂ ਦੇਣਾ ਚਾਹੁੰਦਾ। ਇਹ ਹੈ ਨੈਤਿਕ ਆਜ਼ਾਦੀ। ਹੁਣ ਉਸ ਮਕਤਲ ਦੇ ਵਿੱਚ ਕਾਜ਼ੀ ਵਹਾਬੂਦੀਨ ਦੇ ਨਾਲ ਗੁਰੂ ਸਾਹਿਬ ਦੀ ਗੱਲਬਾਤ। ਕਾਜ਼ੀ ਵਹਾਬੂਦੀਨ ਜਿਹੜਾ ਔਰੰਗਜ਼ੇਬ ਦਾ ਸ਼ਾਹੀ ਕਾਜ਼ੀ ਹੈ, ਗੁਰੂ ਸਾਹਿਬ ਦੇ ਸਾਹਮਣੇ ਤਿਆਰ ਹੈ ਫਤਵੇ ਦੇ ਵਾਸਤੇ। ਕਹਿੰਦਾ ਤੁਹਾਡੇ ਸਾਹਮਣੇ ਤ੍ਰੈਕਾਫ ਪੇਸ਼ਕਸ਼ ਹੈ। ਤ੍ਰੈਕਾਫ ਪੰਜਾਬੀ 'ਚ ਤਿੰਨ ਕੱਕੇ, ਤ੍ਰੈਕਾਫ ਪੇਸ਼ਕਸ਼, ਤਿੰਨ ਕੱਕਿਆਂ ਦੀ ਪੇਸ਼ਕਸ਼ ਹੈ। ਪਹਿਲੀ, ਕਲਮਾ ਏ ਕੁਰਾਨ ਪੜ੍ਹ ਲਓ ਤਾਂ ਵੀ ਜਾਨ ਬਚ ਸਕਦੀ ਹੈ। ਪਹਿਲਾ ਕੱਕਾ ਕਲਮਾ ਏ ਕੁਰਾਨ। ਦੂਸਰਾ ਕਰਾਮਾਤ, ਕਰਾਮਾਤ ਦਿਖਾ ਦਿਓ ਤਾਂ ਵੀ ਜਾਨ ਬਚ ਸਕਦੀ ਹੈ। ਤੀਸਰਾ, ਜੇ ਪਹਿਲੇ ਦੋ ਕਾਫ ਪ੍ਰਵਾਨ ਨਹੀਂ ਕਰਨੇ ਫਿਰ ਕਤਲ। ਫੈਜ਼ ਇੱਕ ਗੱਲ ਬੜੀ ਪਿਆਰੀ ਲਿਖਦਾ ਹੈ, ਜੇ ਜਾਨ ਤੋਂ ਆਨੀ ਜਾਨੀ ਹੈ, ਇਸ ਜਾਂਕੀ ਤੋਂ ਕੋਈ ਬਾਤ ਨਹੀਂ, ਜਿਸ ਦੱਜ ਸੇ ਕੋਈ ਮਕਤਲ ਮੇ ਗਿਆ, ਉਹ ਸ਼ਾਂਤ ਸਲਾਮਤ ਰਹਿੰਦੀ ਹੈ। ਹੁਣ ਗੁਰਦੇਵ ਪਾਤਸ਼ਾਹ ਦੀ ਸ਼ਾਨ ਵੇਖਿਓ, ਜਿਹਨੂੰ ਨੰਦ ਲਾਲ ਕਹਿੰਦੇ ਨੇ ਜ਼ੀਨਤ ਰਾਏ ਮਹਿਫਿਲ ਜ਼ਾਹੋ ਜ਼ਲਾਲ, ਉਹ ਉਸ ਮਕਤਲ ਦੇ ਵਿੱਚ ਇਹਨਾਂ ਗੱਲਾਂ ਦਾ ਜਵਾਬ ਕਿੰਨਾ ਪਿਆਰਾ ਦਿੰਦੇ ਨੇ, ਜਿਹਨੂੰ ਨੰਦ ਲਾਲ ਕਹਿੰਦੇ ਨੇ ਕਿ ਉਹਨਾਂ ਦੇ ਸਵਾਲ ਦੇ ਜਵਾਬ ਦਾ ਮੁਕਾਬਲਾ ਸ਼ਬਦਾਂ 'ਚ ਨਹੀਂ ਕੀਤਾ ਜਾ ਸਕਦਾ। ਪਾਤਸ਼ਾਹ ਕਹਿੰਦੇ ਨੇ ਵਹਾਬੂਦੀਨ, ਜੇ ਮੈਂ ਤੇਰਾ ਪਹਿਲਾ ਕਾਫ ਪ੍ਰਵਾਨ ਕਰਦਾ ਹੈ ਕਲਮਾ ਏ ਕੁਰਾਨ, ਮੇਰੇ ਧਰਮ ਦੀ ਸਰੀਰਕ ਮੌਤ ਹੁੰਦੀ ਹੈ। ਜੇ ਮੈਂ ਤੇਰਾ ਦੂਸਰਾ ਕਾਫ ਪ੍ਰਵਾਨ ਕਰਦਾ ਹੈ ਕਰਾਮਾਤ ਵਿਖਾਉਣੀ, ਮੇਰੇ ਧਰਮ ਦੀ ਆਤਮਕ ਮੌਤ ਹੁੰਦੀ ਹੈ।
ਪਰ ਜੇ ਮੈਂ ਤੇਰਾ ਤੀਸਰਾ ਕਾਫ ਕਤਲ ਪ੍ਰਵਾਨ ਕਰਦਾ, ਤੇਰੇ ਵਾਸਤੇ ਕਤਲ ਹੈ, ਮੇਰੀ ਉਮਤ ਦੇ ਵਾਸਤੇ ਸ਼ਹਾਦਤ ਹੈ, ਤੇ ਮੇਰੀ ਸ਼ਹਾਦਤ ਦੇ ਨਾਲ ਮੇਰੀ ਕੌਮ ਦੇ ਸਰੀਰ ਤੇ ਮੇਰੀ ਆਤਮਾ ਨੂੰ ਬਲ ਮਿਲਦਾ ਗੁਰੂ ਪਾਤਸ਼ਾਹ ਦਾ। ਹੁਣ ਇਸ ਗੱਲ ਨੂੰ ਨੰਦ ਲਾਲ ਕਹਿੰਦੇ ਨੇ, ਤੇਗ ਬਹਾਦਰ ਰਾਹ ਸਰਾਪਾ ਅਫਜ਼ਾਲ ਜ਼ੀਨਤ ਅਰਾਏ ਮਹਿਫਿਲ ਜ਼ਾਹੋ ਜ਼ਲਾਲ। ਆ ਜਾਈਏ ਉਸ ਕਿਤਾਬ ਦੇ ਉੱਪਰ, ਇਲਾਹਾਬਾਦ ਯੂਨੀਵਰਸਿਟੀ ਦੀ ਇਹ ਕਿਤਾਬ ਜਿਹੜੀ ਉਸ ਉੱਚ ਯੂਨੀਵਰਸਿਟੀ ਦੇ ਵਿੱਚ ਉੱਚ ਵਿੱਦਿਆ ਕਰ ਰਹੇ ਬੱਚਿਆਂ ਨੂੰ ਪੜ੍ਹਾਈ ਜਾਂਦੀ ਹੈ, ਉਹਦੇ 'ਚ ਇਹ ਗੱਲ ਲਿਖੀ ਹੈ ਕਿ ਗੁਰੂ ਤੇਗ ਬਹਾਦਰ ਦੀ ਕਤਲ ਦਾ ਕਾਰਨ ਹੈ ਕਿ ਗੁਰੂ ਤੇਗ ਬਹਾਦਰ ਹਫੀਜ਼ ਆਦਮ ਨਾਂ ਦੇ ਪਠਾਣ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਲੁੱਟ ਖੋ ਕਰਿਆ ਕਰਦੇ ਸੀ। ਇਤਿਹਾਸ ਤੁਸੀਂ ਵੇਖ ਲਓ ਕਿਸ ਤਰ੍ਹਾਂ ਦੇ ਨਾਲ ਬਰਬਾਦ ਕੀਤਾ ਜਾ ਰਿਹਾ, ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ। ਔਰ ਇਹਦੇ ਵਿੱਚ ਹਵਾਲਾ ਦਿੱਤਾ ਜਾ ਰਿਹਾ ਖਾਫੀ ਖਾਨ ਦੀ ਕਿਤਾਬ ਮੁਨਤਕਿਬ ਉਲ ਲਬਾਬ ਦਾ। ਮੁਨਤਕਿਬ ਉਲ ਲਬਾਬ ਜਿਹੜਾ ਉਸ ਵੇਲੇ ਸਿੱਖਾਂ ਦਾ ਦੁਸ਼ਮਣ ਇਤਿਹਾਸਕਾਰ ਹੈ, ਉਹਦਾ ਹਵਾਲਾ ਲੈ ਕੇ ਇਹ ਗੱਲ ਕਹੀ ਜਾ ਰਹੀ ਹੈ ਕਿ ਔਰੰਗਜ਼ੇਬ ਤਾਂ ਬਹੁਤ ਚੰਗਾ ਸੀ। ਕਸੂਰ ਇਹ ਹੈ ਕਿ ਗੁਰੂ ਸਾਹਿਬ ਹਫੀਜ਼ ਆਦਮ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਉਹ ਪੱਧਰ ਪੈਦਾ ਕਰਦੇ ਸੀ, ਹਿੰਦੀ ਦਾ ਸ਼ਬਦ ਹੈ ਲੁੱਟਮਾਰ ਕਰਨੀ ਅਤੇ ਪੰਜਾਬ ਦੇ ਹਾਲਾਤ ਖਰਾਬ ਕਰਨੇ। ਗੁਰੂ ਸਾਹਿਬ ਹਾਲਾਤ ਖਰਾਬ ਕਰਦੇ ਸੀ ਜਿਸ ਕਰਕੇ ਔਰੰਗਜ਼ੇਬ ਨੂੰ ਕਤਲ ਦੀ ਸਜ਼ਾ ਦੇਣੀ ਪਈ। ਇਹ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ 'ਚ ਛਪ ਰਹੀਆਂ ਕਿਤਾਬਾਂ ਨੇ। ਅਗਲੀ ਗੱਲ, ਜਦੋਂ ਇਸੇ ਤਰ੍ਹਾਂ ਦੇ ਨਾਲ ਕਿਸੇ ਬਹੁ ਗਿਣਤੀ ਨੇ ਕਿਸੇ ਘੱਟ ਗਿਣਤੀ ਕੌਮੀਅਤ ਦੇ ਸਾਹਿਤ ਨੂੰ ਖਤਮ ਕਰਨਾ ਹੁੰਦਾ, ਉਹਦਾ ਅਗਲਾ ਪੜਾਅ ਜਿਹੜਾ ਹੁੰਦਾ ਉਹ ਹੁੰਦਾ ਹੈ ਕਿ ਕਿਸੇ ਵੀ ਘੱਟ ਗਿਣਤੀ ਕੌਮ ਦੇ ਰੂਹਾਨੀ ਆਗੂ ਜਿਹੜੇ ਨੇ ਉਹਨਾਂ ਨੂੰ ਰਾਜਸੀ ਸੱਤਾ ਦੇ ਵਿੱਚ ਨੀਵੇਂ ਵਿਖਾਉਣਾ। NCERT ਬੋਰਡ ਦੀ +2 ਦੀ ਕਿਤਾਬ ਮਡੀਵੀਅਲ ਇੰਡੀਆ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਲਿਖੇ ਗਏ ਸ਼ਬਦ, ਅਖੀਰ ਪੁੱਤਰਾਂ ਦੀ ਸ਼ਹਾਦਤ ਤੋਂ ਨਿਰਾਸ਼ ਹੋ ਕੇ ਸਿੱਖਾਂ ਦੇ ਗੁਰੂ ਨੇ ਬਾਦਸ਼ਾਹ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦੀ ਮਨਸਬਦਾਰੀ ਪ੍ਰਵਾਨ ਕਰ ਲਈ। ਗੁਰੂ ਗੋਬਿੰਦ ਸਿੰਘ ਬਹਾਦਰ ਸ਼ਾਹ ਦਾ ਨੌਕਰ ਬਣ ਗਿਆ। ਮਨਸਬਦਾਰੀ 5,000 ਤੋਂ 7,000 ਘੋੜ ਸਵਾਰ ਜਾਂ ਪੈਦਲ ਸਵਾਰ ਦੀ ਹੁੰਦੀ ਹੈ। ਹੁਣ ਖਿਆਲ ਕਰੀਏ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਹਾਦਰ ਸ਼ਾਹ ਨੂੰ ਮਿਲਦੇ ਆ, ਦੁਨੀਆ ਦੇ ਇੱਕ ਐਸੇ ਅੰਤਰਰਾਸ਼ਟਰੀ ਵਿਧਾਨ ਦੀ ਆਰੰਭਤਾ ਕਰ ਦਿੱਤੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਹਨੂੰ ਅਸੀਂ ਪਹੁੰਚਾਉਣਾ ਤਾਂ ਲੋਕਾਂ ਤੱਕ ਸੀ, ਅਸੀਂ ਨਹੀਂ ਦੱਸ ਸਕੇ, ਅਤੇ ਜਦੋਂ ਅਸੀਂ ਆਪਣੇ ਇਤਿਹਾਸ ਤੋਂ ਆਪ ਪਾਸਾ ਵੱਟ ਲਿਆ ਅਤੇ ਉਹ ਲੋਕ ਜਿਹੜੇ ਲੋਕਾਂ ਨੇ ਤੁਹਾਡੇ ਇਤਿਹਾਸ ਨੂੰ ਖਤਮ ਕਰਨਾ ਸੀ, ਉਹਨਾਂ ਨੇ ਸਾਜ਼ਿਸ਼ ਵਿੱਧ ਦੇ ਨਾਲ ਇਤਿਹਾਸ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਇਤਿਹਾਸ ਦੇ ਕੁਝ ਸਰੋਤਾਂ ਦੇ ਮੁਤਾਬਕ ਭਾਈ ਨੰਦ ਲਾਲ ਜੀ ਨੇ ਸੁਨੇਹਾ ਦਿੱਤਾ ਹੈ ਪਾਤਸ਼ਾਹ ਨੂੰ ਕਿ ਤਾਰਾ ਆਜ਼ਮ ਅਤੇ ਬਹਾਦਰ ਸ਼ਾਹ ਦੇ ਵਿੱਚ ਜੰਗ ਹੋਣ ਵਾਲੀ ਹੈ। ਤਾਰਾ ਆਜ਼ਮ ਦੀ ਮਦਦ ਉਸ ਵੇਲੇ ਅੰਗਰੇਜ਼ ਫੌਜ ਵੀ ਕਰ ਰਹੀ ਸੀ ਕਿਉਂਕਿ 1600 ਦੇ ਵਿੱਚ ਈਸਟ ਇੰਡੀਆ ਕੰਪਨੀ ਹਿੰਦੁਸਤਾਨ ਦੇ ਇਲਾਕੇ 'ਚ ਆ ਚੁੱਕੀ ਸੀ। ਉਹ ਚਾਹੁੰਦੇ ਨੇ ਕਿ ਤਾਰਾ ਆਜ਼ਮ ਤਖ਼ਤ ਦੇ ਉੱਪਰ ਬੈਠੇ ਅਤੇ ਬਹਾਦਰ ਸ਼ਾਹ ਜਿਹੜਾ ਹੈ ਇਹ ਸ਼ੁਰੂ ਤੋਂ ਹੀ ਥੋੜ੍ਹਾ ਜਿਹਾ ਔਰੰਗਜ਼ੇਬ ਦੇ ਵਿਰੋਧ ਦੇ ਵਿੱਚ ਸੀ। ਵਿਰੋਧ ਦੇ ਵਿੱਚ ਉਦੋਂ ਹੋਇਆ ਸੀ, ਮਾਫ਼ ਕਰਨਾ, ਅਰਥ ਬੜੇ ਵੱਡੇ ਹੁੰਦੇ ਨੇ ਉਹਨਾਂ ਚੀਜ਼ਾਂ ਦੇ। ਅਸੀਂ ਆਪਣੇ ਧਾਰਮਿਕ ਕਿਰਦਾਰ ਦੇ ਵਿੱਚੋਂ ਜਾਂ ਪ੍ਰਬੰਧ ਦੇ ਵਿੱਚੋਂ ਉਹ ਚੀਜ਼ਾਂ ਖਤਮ ਕਰਦੇ ਜਾ ਰਹੇ ਹਾਂ। ਸਾਡੇ ਨਿਹੰਗ ਸਿੰਘ ਵੀਰ ਸਿੰਘ ਸਾਹਿਬ ਹੁਣੀ ਬੈਠੇ ਨੇ, ਜਿੱਥੇ ਵੀ ਜਾਂਦੇ ਸੀ ਨਗਾਰਾ ਵਜਾਇਆ ਜਾਂਦਾ ਸੀ। ਨਗਾਰਾ ਕਿਉਂ ਵਜਾਇਆ ਜਾਂਦਾ ਸੀ? ਦਲਾਂ ਦੇ ਵਿੱਚ ਵਜਾਇਆ ਜਾਂਦਾ ਸੀ, ਗੁਰਧਾਮਾਂ 'ਚ ਵਜਾਇਆ ਜਾਂਦਾ ਸੀ। ਕਿਉਂ ਵਜਾਇਆ ਜਾਂਦਾ ਸੀ? ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਕਿ ਇਹਦੀ ਕਿੰਨੀ ਵੱਡੀ ਅਹਿਮੀਅਤ ਹੈ। ਕਲਗੀਧਰ ਪਾਤਸ਼ਾਹ ਨੇ ਨਗਾਰਾ, ਰਣਜੀਤ ਨਗਾਰਾ ਕਿਉਂ ਬਣਾਇਆ? ਨਗਾਰਾ ਇਸ ਕਰਕੇ ਬਣਾਇਆ, ਮੈਨੂੰ ਪਹਿਲਾਂ ਨਹੀਂ ਸੀ ਸਮਝ, ਜਦੋਂ ਹੁਣ ਮੈਂ ਇਸਲਾਮ ਦੇ ਕੁਛ ਡਾਕੂਮੈਂਟਸ ਪੜ੍ਹ ਰਿਹਾ ਸੀ ਨਾ, ਤੇ ਮੈਨੂੰ ਪਤਾ ਲੱਗਾ ਕਿ ਜਿਸ ਵੇਲੇ ਬਹਾਦਰ ਸ਼ਾਹ ਨੇ ਕਾਬਲ ਨੂੰ ਫਤਿਹ ਕੀਤਾ ਤੇ ਕਾਬਲ ਦਾ ਜਿਸ ਵੇਲੇ ਉਹ ਫੌਜਦਾਰ ਬਣਿਆ ਨਾ, ਤੇ ਉਹਨੇ ਨਗਾਰਾ ਵਜਾ ਦਿੱਤਾ। ਤੇ ਉਸੇ ਵੇਲੇ ਜਦੋਂ ਬਾਦਸ਼ਾਹ ਔਰੰਗਜ਼ੇਬ ਨੂੰ ਪਤਾ ਲੱਗਾ ਨਾ ਕਿ ਮੇਰੇ ਪੁੱਤ ਨੇ ਨਗਾਰਾ ਵਜਾਇਆ, ਤਾਂ ਉਸ ਨੇ ਉਸੇ ਵੇਲੇ ਕਾਸਿਦ ਦੇ ਹੱਥ ਚਿੱਠੀ ਭੇਜੀ ਸੀ, ਕਹਿੰਦਾ ਬਹਾਦਰ ਸ਼ਾਹ ਆਪਣੀ ਔਕਾਤ ਦੇ ਵਿੱਚ ਰਹਿ, ਅਜੇ ਤੂੰ ਬਾਦਸ਼ਾਹ ਨਹੀਂ ਬਣਿਆ ਕਿ ਨਗਾਰਾ ਵਜਾ ਸਕੇ। ਜੇਕਰ ਇੰਨੀ ਖੁਸ਼ੀ ਕਰਨੀ ਸੀ 4 ਢੋਲ ਵਜਾ ਲੈਂਦਾ, ਨਗਾਰਾ ਵਜਾਉਣ 'ਤੇ ਤੇਰਾ ਕੋਈ ਹੱਕ ਨਹੀਂ। ਇਹਦਾ ਮਤਲਬ ਨਗਾਰਾ ਜਿਹੜਾ ਇਹ ਆਜ਼ਾਦ ਬਾਦਸ਼ਾਹ ਦਾ ਪ੍ਰਤੀਕ ਹੈ, ਸਾਡੀ ਵਿਲੱਖਣ ਆਜ਼ਾਦੀ ਦੀ ਵਿਚਾਰਧਾਰਾ ਦਾ ਪ੍ਰਤੀਕ ਹੈ। ਸੋ ਬਹਾਦਰ ਸ਼ਾਹ ਦੀ ਔਰੰਗਜ਼ੇਬ ਦੇ ਨਾਲ ਜ਼ਿਆਦਾ ਨਹੀਂ ਸੀ ਬਣਦੀ,
ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹਾਦਰ ਸ਼ਾਹ ਦੀ ਮਦਦ ਦੀ ਪ੍ਰਵਾਨਗੀ ਦੇ ਦਿੱਤੀ। ਜੈਜੋਂ ਆਗਰੇ ਦੇ ਕੋਲ ਜੈਜੋਂ ਦੇ ਸਥਾਨ ਦੇ ਉੱਪਰ ਇਹ ਜੰਗ ਹੋਈ। ਜੰਗ ਇੰਨੀ ਭਿਆਨਕ ਸੀ ਕਿ ਇੰਜ ਲੱਗ ਰਿਹਾ ਸੀ ਕਿ ਬਹਾਦਰ ਸ਼ਾਹ ਦੀ ਹਾਰ ਹੋ ਜਾਵੇਗੀ, ਪਰ ਬਹਾਦਰ ਸ਼ਾਹ ਨੂੰ ਇਸ ਗੱਲ 'ਤੇ ਮਾਣ ਸੀ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਸ਼ੀਰਵਾਦ ਮੇਰੇ ਨਾਲ ਹੈ। ਇਸ ਭਖੇ ਹੋਏ ਮੈਦਾਨੇ ਜੰਗ ਦੇ ਵਿੱਚ ਇੱਕ ਤੀਰ ਆ ਕੇ ਵੱਜਾ ਤਾਰਾ ਆਜ਼ਮ ਦੀ ਛਾਤੀ ਦੇ ਵਿੱਚ, ਅਤੇ ਤਾਰਾ ਆਜ਼ਮ ਹਾਥੀ ਤੋਂ ਜ਼ਮੀਨ 'ਤੇ ਡਿੱਗ ਪਿਆ। ਤਾਰਾ ਆਜ਼ਮ ਜ਼ਮੀਨ 'ਤੇ ਡਿੱਗਾ ਪਿਆ। ਅਕਸਰ ਅਸੀਂ ਵੇਖਦੇ ਹਾਂ ਕਿ ਜਿਸ ਵੇਲੇ ਜਰਨੈਲ ਦੀ ਮੌਤ ਹੋ ਜਾਵੇ ਫੌਜਾਂ ਮੈਦਾਨ ਛੱਡ ਕੇ ਭੱਜ ਜਾਂਦੀਆਂ, ਅਤੇ ਜਿਸ ਬਾਦਸ਼ਾਹ ਨੇ ਦਿੱਲੀ ਦੇ ਤਖ਼ਤ ਦਾ ਵਾਰਸ ਬਣਨਾ ਸੀ, ਜਦੋਂ ਉਹੀ ਹਾਥੀ ਦੇ ਅਹੁਦੇ ਤੋਂ ਥੱਲੇ ਡਿੱਗ ਪਿਆ, ਫੌਜਾਂ ਭੱਜ ਗਈਆਂ, ਹੁਣ ਉਹਦੀ ਲਾਸ਼ ਜ਼ਮੀਨ 'ਤੇ ਪਈ ਹੈ, ਬਹਾਦਰ ਸ਼ਾਹ ਘੋੜੇ ਤੋਂ ਉੱਤਰ ਕੇ ਕੋਲ ਗਿਆ, ਬਹਾਦਰ ਸ਼ਾਹ ਘੋੜੇ ਤੋਂ ਉੱਤਰ ਕੇ ਕੋਲ ਗਿਆ ਹੈ, ਕਾਹਦੇ ਵਾਸਤੇ ਕਿ ਮੇਰੇ ਇੰਨੇ ਵੱਡੇ ਦੁਸ਼ਮਣ ਦਾ ਖਾਤਮਾ ਹੋਇਆ, ਮੈਂ ਵੇਖਾਂ ਮੇਰੇ ਕਿਸ ਸਿਪਾਹੀ ਨੇ ਤੀਰ ਮਾਰਿਆ ਜਿਹਦੇ ਨਾਲ ਬਹਾਦਰ ਸ਼ਾਹ ਦੇ ਦੁਸ਼ਮਣ ਤਾਰਾ ਆਜ਼ਮ ਦੀ ਮੌਤ ਹੋਈ ਹੈ। ਕਿਉਂਕਿ ਅੱਜ ਵੀ ਤੁਸੀਂ ਕਿਤੇ ਤੀਰ ਅੰਦਾਜ਼ੀ ਦੇ ਮੁਕਾਬਲੇ ਜਾਓ, ਭਾਈ ਸਾਹਿਬ ਹੁਣੀ ਬੈਠੇ ਨੇ, ਸਰਦਾਰ ਪ੍ਰਿਥੀਪਾਲ ਸਿੰਘ ਹੁਣੀ, ਹੁਣ ਤਾਂ ਕਾਰਬਨ ਐਰੋਸ ਅਤੇ ਦੂਜੇ ਐਰੋਸ ਬੜੇ ਆ ਗਏ ਨੇ। ਪੁਰਾਣੇ ਜ਼ਮਾਨੇ 'ਚ ਜਦੋਂ ਤੀਰ ਇੱਕੋ ਤਰ੍ਹਾਂ ਦੇ ਹੁੰਦੇ ਸੀ ਨਾ, ਅਤੇ ਹਰ ਸਿਪਾਹੀ ਆਪਣੇ ਤੀਰ ਦੇ ਪਿੱਛੇ ਸ਼ਨਾਖਤ ਦੇ ਵਾਸਤੇ ਧਾਗਾ ਬੰਨਦਾ ਸੀ। ਮੈਂ ਤਿੱਬਤ ਦੇ ਵਿੱਚ ਕਈ ਵਾਰੀ ਤੀਰ ਅੰਦਾਜ਼ੀ ਦੇ ਮੁਕਾਬਲੇ 'ਚ ਜਾਣ ਦਾ ਮੌਕਾ ਮਿਲਦਾ, ਉਹ ਜਦੋਂ ਤਿੱਬਤ ਦੇ ਲੋਕ ਆਪਣੀ ਜਿਹੜੀ ਆ ਸੱਭਿਆਚਾਰਕ ਤੀਰ ਅੰਦਾਜ਼ੀ ਕਰਦੇ ਨੇ, ਅਤੇ ਹਰ ਜਵਾਨ ਨੇ ਆਪਣੇ ਤੀਰ ਦੇ ਪਿੱਛੇ ਧਾਗਾ ਬੰਨਿਆ ਹੁੰਦਾ ਕਿ ਇੱਕੋ ਨਿਸ਼ਾਨੇ 'ਤੇ ਜੇ ਤੀਰ ਲੱਗਣ ਤਾਂ ਧਾਗੇ ਤੋਂ ਸ਼ਨਾਖਤ ਹੋ ਜਾਵੇ ਕਿ ਤੀਰ ਕਿਸ ਦਾ। ਹੁਣ ਤਾਂ ਹੋਰ ਵੀ ਕਈ ਨਿਸ਼ਾਨੀਆਂ ਨੇ, ਨੰਬਰ ਨੇ, ਕਾਰਬਨ ਐਰੋਜ਼ ਨੇ, ਅਲਮੀਨੀਅਮ ਐਰੋਜ਼ ਨੇ, ਹੁਣ ਤਾਂ ਬਹੁਤ ਨਿਸ਼ਾਨੀਆਂ ਨੇ। ਖੈਰ, ਉਸ ਵੇਲੇ ਬਹਾਦਰ ਸ਼ਾਹ ਸਿਪਾਹੀਆਂ ਦੇ ਵਿੱਚ ਖੜਾ ਹੈ ਇਹ ਵੇਖਣ ਦੇ ਵਾਸਤੇ ਕਿ ਕੋਈ ਸਿਪਾਹੀ ਆ ਕੇ ਆਪਣੇ ਤੀਰ ਦੀ ਸ਼ਨਾਖਤ ਕਰੇ ਕਿ ਇਹ ਤੀਰ ਕਿਸ ਦਾ ਵੱਜਾ ਜਿਹਦਾ ਤਾਰਾ ਆਜ਼ਮ ਦੀ ਮੌਤ ਹੋਈ ਹੈ। ਜਦੋਂ ਕੋਲ ਆ ਕੇ ਖੜਿਆ, ਛਾਤੀ ਦੇ ਵਿੱਚੋਂ ਜਦੋਂ ਪੁੱਟਿਆ ਤੀਰ ਅਤੇ ਪਿੱਛੇ ਲੱਗਾ ਸੋਨਾ ਵੇਖ ਕੇ ਬਹਾਦਰ ਸ਼ਾਹ ਕਹਿੰਦਾ, ਹਮ ਜਾਨਤ ਤੈ ਮਰਦ ਕੋ ਜਾ ਤਰਕ ਸ਼ਿਕਾਹੇ ਤੀਰ। ਕਹਿੰਦਾ ਹੁਣ ਸ਼ਨਾਖਤ ਕਰਨ ਦੀ ਲੋੜ ਨਹੀਂ, ਇਹਦੇ ਪਿੱਛੇ ਸੋਨੇ ਦੀ ਤਾਰ ਲੱਗੀ ਹੋਈ, ਮੈਨੂੰ ਪਤਾ ਲੱਗ ਗਿਆ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਹੈ। ਕਲਗੀਧਰ ਪਾਤਸ਼ਾਹ, ਮੈਂ ਹੈਰਾਨ ਰਹਿ ਜਾਂਦਾ ਜਦੋਂ ਨੰਦ ਲਾਲ ਜੀ ਇਹ ਗੱਲ ਕਹਿੰਦੇ ਨਾ ਕਿ ਕਦਰ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ, ਇਨ ਕਿਆਦ ਆਦੇਸ਼ ਗੁਰੂ ਗੋਬਿੰਦ ਸਿੰਘ। ਜਦੋਂ ਨੰਦ ਲਾਲ ਇਹ ਗੱਲ ਕਹਿੰਦੇ ਨੇ ਨਾ ਕਿ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਜਦੋਂ ਨੰਦ ਲਾਲ ਇਹ ਗੱਲ ਕਹਿੰਦੇ ਨਾ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਤੇ ਕੈਸਾ ਗੁਰੂ ਹੈ ਮੈਦਾਨੇ ਜੰਗ ਦੇ ਵਿੱਚ, ਦੁਸ਼ਮਣ ਨੂੰ ਤੀਰ ਵੀ ਵੱਜਦਾ ਹੈ, ਉਹਦੇ ਉੱਪਰ ਵੀ ਸੋਨਾ ਲੱਗਾ ਹੈ ਕਿ ਜੇਕਰ ਮਰ ਜਾਵੇ ਤੇ ਦਫ਼ਨ ਹੋ ਸਕੇ, ਬਚ ਜਾਵੇ ਤੇ ਇਹ ਇਲਾਜ ਦਾ ਖਰਚ ਹੋ ਸਕੇ, ਕੈਸਾ ਗੁਰੂ ਹੈ। ਹੁਣ ਉਸ ਲੱਗੇ ਹੋਏ ਸੋਨੇ ਦੇ ਪੁੱਟ ਕੇ ਤੀਰ ਨੂੰ ਕਹਿੰਦਾ ਬਹਾਦਰ ਸ਼ਾਹ, ਕਹਿੰਦਾ ਹਮ ਜਾਨਤ ਤਹਿ ਮਰਦ ਕੋ ਜੇ ਤਰਕਸ਼ ਕਾ ਇਹ ਤੀਰ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨੀ ਆ ਕੇ ਪੈਂਦਾ ਹੈ, ਤੇ ਚਰਨੀ ਪੈਣ ਤੋਂ ਬਾਅਦ ਕਲਗੀਧਰ ਪਾਤਸ਼ਾਹ ਨੂੰ ਖਿਲਤ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਪਿਤ ਕਰਦਾ ਹੈ। ਹੁਣ ਇਹ ਵੇਖਣ ਵਾਲੀ ਗੱਲ ਹੈ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਸ ਵੇਲੇ ਉਹ ਖਿਲਤ ਦਿੰਦਾ ਹੈ, ਤੇ ਇਹ ਇਸਲਾਮੀ ਸਟੇਟ ਦਾ ਅਸੂਲ ਹੁੰਦਾ ਹੈ ਕਿ ਜੇ ਕਿਤੇ ਬਾਦਸ਼ਾਹ ਕਿਸੇ ਨੂੰ ਆਪਣੇ ਦਰਬਾਰ ਦੇ ਵਿੱਚ ਖਿਲਤ ਦੇ ਨਾਲ, ਪੋਸ਼ਾਕ ਦੇ ਨਾਲ, ਸਿਰਪਾਓ ਦੇ ਨਾਲ ਬਖਸ਼ਿਸ਼ ਕਰੇ ਤਾਂ ਉਹਦੇ ਸਾਹਮਣੇ ਪਹਿਨਣੀ ਪੈਂਦੀ ਹੈ। ਇੱਕ ਵਿਅਕਤੀ ਹੈ ਇਸਲਾਮ ਦੀ ਸਟੇਟ ਦੇ ਵਿੱਚ ਜਿਹਨੂੰ ਬਾਦਸ਼ਾਹ ਦੇ ਸਾਹਮਣੇ ਖਿਲਤ ਪਾਉਣ ਤੋਂ ਛੋਟ ਹੁੰਦੀ ਹੈ, ਅਤੇ ਉਹ ਆਪਣੇ ਨਾਬਰ ਨੂੰ, ਆਪਣੇ ਨੌਕਰ ਨੂੰ ਖਿਲਤ ਚੁਕਵਾ ਸਕਦਾ, ਉਸ ਨੂੰ ਕਿਹਾ ਜਾਂਦਾ ਸ਼ੇਖ ਉਲ ਹਿੰਦ, ਜਿਸ ਨੂੰ ਬਾਦਸ਼ਾਹ ਆਪਣਾ ਧਾਰਮਿਕ ਗੁਰੂ ਮੰਨਦਾ ਹੋਵੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਿਲਤ ਪਹਿਨੀ ਨਹੀਂ, ਬਲਕਿ ਭਾਈ ਦਿਆ ਸਿੰਘ ਨੂੰ ਚੁਕਵਾ ਦਿੱਤੀ ਹੈ। ਇਹਦਾ ਮਤਲਬ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਜ਼ਮਤ ਤੋਂ ਬਹਾਦਰ ਸ਼ਾਹ ਵੀ ਪ੍ਰਭਾਵਿਤ ਸੀ। ਹੁਣ ਬਹਾਦਰ ਸ਼ਾਹ ਪ੍ਰਭਾਵਿਤ ਹੋ ਗਿਆ, ਸ਼ੇਖ ਉਲ ਹਿੰਦ ਦੀ ਉਪਾਧੀ ਆਪਣੀ ਮਾਨਸਿਕਤਾ 'ਚ ਉਸਨੇ ਦੇ ਦਿੱਤੀ, ਕਲਗੀਧਰ ਪਾਤਸ਼ਾਹ ਦੇ ਇਸ ਆਤਮਿਕ ਉਸ ਨੂੰ, ਰੂਹਾਨੀਅਤ ਨੂੰ ਪ੍ਰਵਾਨ ਕਰ ਲਿਆ, ਅਤੇ ਜਿਹੜੇ ਉਹਦੇ ਬੁਲੰਦ ਖਾਨ ਵਰਗੇ ਅਤੇ ਖਾਨੇ ਖਾਨ ਵਰਗੇ ਜਿਹੜੇ ਉਹਦੇ ਜਰਨੈਲ ਸੀ ਮਨ ਦੇ ਵਿੱਚ ਸੜ ਗਏ। ਬੜੀ ਅਜੀਬ ਗੱਲ ਹੈ, ਬਾਦਸ਼ਾਹ ਸਲਾਮਤ ਨੇ ਸਾਡੇ ਇੰਨੇ ਵੱਡੇ ਰਹਿਬਰਾਂ ਅਤੇ ਪੀਰਾਂ ਫਕੀਰਾਂ ਦੇ ਹੁੰਦਿਆਂ ਸਿੱਖਾਂ ਦੇ ਗੁਰੂ ਨੂੰ ਆਪਣਾ ਸ਼ੇਖ ਉਲ ਹਿੰਦ ਸਵੀਕਾਰ ਕਰ ਲਿਆ, ਇੰਨਾ ਸਤਿਕਾਰ ਦੇ ਦਿੱਤਾ ਹੈ, ਧੁਪਤਕੀ ਦੇ ਦਿੱਤੀ ਹੈ, ਚੰਦਨ ਦੇ ਦਿੱਤਾ ਹੈ, ਚੌਂਕੀ ਦੇ ਦਿੱਤੀ ਹੈ, ਸਿਰਪਾਓ ਅਤੇ ਖਿਲਤ ਦੇ ਦਿੱਤੀ ਹੈ, ਇੰਨਾ ਜ਼ਿਆਦਾ ਸਤਿਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇ ਦਿੱਤਾ ਹੈ, ਕਿੰਨਾ ਕੁ ਗਿਆਨ ਹੈ ਗੁਰੂ ਦੇ ਕੋਲ, ਅਸੀਂ ਪ੍ਰੀਖਿਆ ਲੈਣੀ ਚਾਹੁੰਦੇ। ਕਾਜ਼ੀ ਆ ਕੇ ਸਵਾਲ ਕਰਦਾ ਬਹਾਦਰ ਸ਼ਾਹ, ਅਸੀਂ ਪ੍ਰੀਖਿਆ ਲੈਣੀ ਚਾਹੁੰਦੇ ਹਾਂ ਗੁਰੂ ਦੇ ਕੋਲ ਗਿਆਨ ਕਹਿੰਦਾ, ਅਤੇ ਪਹਿਲਾ ਸਵਾਲ
ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਕਾਜ਼ੀ ਸਵਾਲ ਪੁੱਛਦਾ ਹੈ, ਕਹਿੰਦਾ ਕਰਾਮਾਤ ਕੀ ਹੈ? ਪਾਤਸ਼ਾਹ ਜੇਬ ਚੋਂ ਸਿੱਕਾ ਕੱਢਦੇ ਨੇ ਤੇ ਘੁਮਾ ਕੇ ਕਹਿੰਦੇ ਨੇ ਕਰਾਮਾਤ ਹੈ ਮਾਇਆ। ਇਸ ਮਾਇਆ ਦੇ ਨਾਲ ਚੁੱਪ ਕੀਤੇ ਨੂੰ ਬੁਲਾਇਆ ਜਾ ਸਕਦਾ ਤੇ ਬੋਲਦੇ ਨੂੰ ਚੁੱਪ ਕਰਾਇਆ ਜਾ ਸਕਦਾ? ਕਹਿੰਦਾ ਨਹੀਂ। ਦੂਸਰੀ ਕਰਾਮਾਤ ਕੀ ਹੈ? ਕਹਿੰਦੇ ਦੂਸਰੀ ਕਰਾਮਾਤ ਹੈ ਬਾਦਸ਼ਾਹ, ਜਿਹਦੇ ਕੋਲ ਰਾਜਨੀਤਿਕ ਤਾਕਤ ਹੈ, ਉਹ ਤੈਨੂੰ ਜੇਲ੍ਹ 'ਚ ਵੀ ਸੁੱਟ ਸਕਦਾ ਹੈ ਅਤੇ ਤੈਨੂੰ ਬਾਦਸ਼ਾਹ ਵੀ ਬਣਾ ਸਕਦਾ। ਕਹਿੰਦਾ ਤੀਸਰੀ ਕਰਾਮਾਤ, ਅਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਮਿਆਨ ਦੇ ਵਿੱਚੋਂ ਸ਼ਮਸ਼ੀਰ ਨੂੰ ਬੇਮਿਆਨ ਕਰਦੇ ਨੇ। ਕਹਿੰਦੇ ਸਭ ਤੋਂ ਵੱਡੀ ਕਰਾਮਾਤ ਇਹ ਹੈ, ਇਹ ਐਸੀ ਕਰਾਮਾਤ ਹੈ ਕਿ ਤੇਰੇ ਵਰਗੇ ਸਵਾਲ ਕਰਨ ਵਾਲੇ ਫਿਤਨ ਸਾਜ ਦੀ ਜ਼ਬਾਨ ਨੂੰ ਮੈਂ ਇਸੇ ਵੇਲੇ ਚੁੱਪ ਕਰਾ ਸਕਦਾ। ਚੁੱਪ ਕਰ ਗਿਆ, ਕੋਈ ਗੱਲ ਨਾ ਆਈ। ਫਿਰ ਉਸਨੇ ਸੋਚਿਆ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਨੇ ਮੈਨੂੰ ਤਾਂ ਪ੍ਰਭਾਵਿਤ ਕਰ ਗਏ ਨੇ, ਪਰ ਮੇਰਾ ਨਿਸ਼ਾਨਾ ਤਾਂ ਇਹ ਹੈ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਮਹਾਰਾਜ ਦਾ ਕੋਈ ਜਵਾਬ ਐਸਾ ਹੋਵੇ ਜਿਹੜਾ ਬਾਦਸ਼ਾਹ ਦੇ ਮਨ ਦੇ ਵਿੱਚ ਨਫ਼ਰਤ ਪੈਦਾ ਕਰੇ। ਅਤੇ ਕਹਿੰਦਾ ਹੈ ਫਿਰ ਇੱਕ ਸਵਾਲ ਰਹਿ ਗਿਆ, ਜਵਾਬ ਦੇ ਦਿਉ, ਮਜ਼ਹਬ ਤੁਹਾਰਾ ਖੂਬ ਜਾਂ ਮਜ਼ਹਬ ਹਮਾਰਾ ਖੂਬ। ਮੈਂ ਇੱਥੇ ਗੱਲ ਲੈ ਕੇ ਆਉਣਾ ਚਾਹੁੰਦਾ ਸੀ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੁਨੀਆਂ ਦੇ ਵਾਸਤੇ ਵਿਧਾਨ ਦਾ ਇੱਕ ਪੈਰਾਮੀਟਰ, ਇੱਕ ਮਾਪਦੰਡ ਸਾਡੇ ਸਾਹਮਣੇ ਰੱਖ ਦਿੱਤਾ ਹੈ। ਪਾਤਸ਼ਾਹ ਨੇ ਕਿਹਾ ਕਾਜ਼ੀ ਤੁਮਕੋ ਤੁਹਾਰਾ ਖੂਬ ਹਮਕੋ ਹਮਾਰਾ ਖੂਬ। ਜੇ ਕਿਤੇ ਸਾਡੀ ਸਾਰੀ ਮਾਨਸਿਕਤਾ ਇਸ ਗੱਲ 'ਤੇ ਆ ਜਾਵੇ ਨਾ ਕਿ ਤੁਮਕੋ ਤੁਹਾਰਾ ਖੂਬ ਹਮਕੋ ਹਮਾਰਾ ਖੂਬ, ਧਰਮ ਦੇ ਝਗੜੇ ਮੁੱਕ ਸਕਦੇ ਨੇ। ਮਾਫ਼ ਕਰਨਾ, ਜਦੋਂ ਅਸੀਂ ਕੌਮ ਦੇ ਉੱਪਰ ਹੋਏ ਬੌਧਿਕ ਹਮਲਿਆਂ ਦੀ ਗੱਲ ਕਰਦੇ ਹਾਂ ਤਾਂ ਉਹ ਗੱਲ ਇਸੇ ਮਾਨਸਿਕਤਾ 'ਚੋਂ ਨਿਕਲਦੀ ਹੈ ਜਿਹੜੇ ਕਹਿੰਦੇ ਬਸ ਹਮਾਰਾ ਖੂਬ ਹੈ। ਜੇ ਅਸੀਂ ਇਸ ਮਾਨਸਿਕਤਾ ਨੂੰ ਅਪਣਾ ਲਈਏ ਨਾ ਕਿ ਤੁਮਕੋ ਤੁਹਾਰਾ ਖੂਬ ਔਰ ਹਮਕੋ ਹਮਾਰਾ ਖੂਬ, ਧਰਮ ਦੇ ਝਗੜੇ ਮੁੱਕ ਜਾਂਦੇ ਨੇ। ਪਰ ਇਹ ਪੈਦਾ ਉਦੋਂ ਹੁੰਦੇ ਨੇ ਜਦੋਂ ਕਿਹਾ ਜਾਂਦਾ ਕਿ ਸਿੱਖਸ ਆਰ ਨਾਟ ਏ ਸੈਪਰੇਟ ਨੇਸ਼ਨ, ਦੇ ਆਰ ਪਾਰਟ ਐਂਡ ਪਾਰਸਲ ਆਫ ਹਿੰਦੂ ਸੋਸਾਇਟੀ। ਜਦੋਂ ਸਾਨੂੰ ਕਿਸੇ ਹੋਰ ਧਰਮ ਦਾ ਹਿੱਸਾ ਕਿਹਾ ਜਾਂਦਾ ਫਿਰ ਸਾਡੇ ਇਤਿਹਾਸ ਨੂੰ ਵਿਗਾੜਿਆ ਜਾਂਦਾ। ਸੋ ਉਦੋਂ ਸਾਨੂੰ ਇਹਨਾਂ ਬੌਧਿਕ ਹਮਲਿਆਂ ਦੇ ਖਿਲਾਫ ਕਲਮ ਵੀ ਚੁੱਕਣੀ ਪੈਂਦੀ ਹੈ, ਬੋਲਣਾ ਵੀ ਪੈਂਦਾ ਹੈ। ਵਕਤ ਮੇਰਾ ਸਮਾਪਤ। ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਮਨਪ੍ਰੀਤ ਸਿੰਘ ਹੁਣੀ ਆ ਗਏ ਨੇ, ਉਹਨਾਂ ਨੇ ਤੁਹਾਡੇ ਨਾਲ ਹੁਣ ਕੀਰਤਨ ਦੁਆਰਾ ਤੁਹਾਨੂੰ ਨਿਹਾਲ ਕਰਨਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਜ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਖਾਲਸਾ ਦੀ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਸਕਾਰਯੋਗ ਡਾਕਟਰ ਸੁਖਪ੍ਰੀਤ ਸਿੰਘ ਜੀ ਜੋ ਬੜੇ ਵਿਦਵਾਨ ਨੇ, ਤੁਸੀਂ ਸਾਰੇ ਉਹਨਾਂ ਦੇ ਵਿਚਾਰ ਸਾਹਮਣੇ ਕੀਤੇ ਨੇ, ਪੂਰੀ ਹਿਸਟਰੀ ਦੱਸਦੇ ਨੇ। ਮੈਂ ਇੱਕ ਸਵਾਲ ਲੱਗਾ ਤੁਹਾਨੂੰ ਕਰਨ। ਭਾਈ ਸਾਹਿਬ ਜੀ, ਭਾਈ ਨੰਦ ਲਾਲ ਦੀਆਂ ਗਜ਼ਲਾਂ ਸੁਣਾ ਰਿਹਾ ਸੀ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਤਾਂ ਪਿਛਲੇ ਹਫ਼ਤੇ ਤੁਸੀਂ ਟੀਵੀ 'ਤੇ ਵੇਖਿਆ ਹੋਣਾ ਵਾ, ਇੱਕ ਮੰਤਰੀ ਨੇ ਕਿਹਾ ਸੀਗਾ ਬਾਦਸ਼ਾਹ ਦਰਵੇਸ਼। ਪਤਾ ਤੁਹਾਨੂੰ ਕਿਸੇ ਨੂੰ ਕੀ ਕਿਹਾ ਸੀ ਉਹਨੇ? ਬਾਦਸ਼ਾਹ ਦਰਵੇਸ਼ ਪ੍ਰਕਾਸ਼ ਸਿੰਘ ਬਾਦਲ। ਇਹ ਕੁਝ ਹੋ ਰਿਹਾ ਵਾ ਅਤੇ ਸਾਨੂੰ ਪਤਾ ਨਹੀਂ ਆਉਣ ਵੀ ਕੀ ਹੋ ਰਿਹਾ ਵਾ। ਇਹ ਸਿਰਫ ਅਤੇ ਸਿਰਫ ਲਫ਼ਜ਼ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਵਾਸਤੇ ਵਰਤਿਆ ਗਿਆ ਸੀਗਾ। ਇਹ ਪਿਛਲੇ ਹਫ਼ਤੇ ਦੀ ਗੱਲ ਹੈ ਹਾਲੇ ਜੋ ਕੁਛ ਹੋਇਆ। ਸੋ ਸਾਨੂੰ ਸਾਵਧਾਨ ਹੋਣ ਦੀ ਲੋੜ ਵਾ ਵੀ ਕਿਵੇਂ ਹਿਸਟਰੀ ਬਦਲੀ ਜਾ ਰਹੀ ਹੈ ਅਤੇ ਇਹ ਲੋਕ ਬਾਦਸ਼ਾਹ ਬਣ ਰਹੇ ਨੇ ਲੇਕਿਨ ਕੰਮ ਨਹੀਂ ਉਹ ਕਰਦੇ। ਸਤਿਗੁਰੂ ਗੋਬਿੰਦ ਸਿੰਘ ਦਾ ਸਾਨੀ ਤਾਂ ਕੋਈ ਵੀ ਨਹੀਂ ਦੁਨੀਆਂ 'ਚ ਹੋਇਆ, ਦਸਮੇਸ਼ ਸੀਗਾ ਸਾਨੀ, ਨਾ ਹੋਇਆ ਤਾਂ ਨਾ ਹੋਏਗਾ। ਇਹ ਵੀ ਭਾਈ ਨੰਦ ਸਾਹਿਬ ਜੀ ਨੇ ਲਿਖਿਆ ਹੋਇਆ ਵਾ। ਸੋ ਮੈਂ ਬੇਨਤੀ ਕਰ ਰਿਹਾ ਵੀ ਅੱਜ ਦਾ ਇਹ ਸਾਰਾ ਸਮਾਗਮ ਅਕਾਲ ਚੈਨਲ ਵਾਲੇ ਲਾਈਵ ਬ੍ਰੌਡਕਾਸਟ ਕਰ ਰਹੇ ਨੇ ਅਤੇ ਇਹਨੂੰ ਸਪੋਂਸਰ ਕੀਤਾ ਸਾਡੇ ਬਹੁਤ ਸਤਿਕਾਰਯੋਗ ਰਾਏ ਬਿਲਡਰ ਦੇ ਮਾਲਕ ਸਰਦਾਰ ਅਵਤਾਰ ਸਿੰਘ ਜੀ ਰਾਏ ਜੋ ਸਾਡੇ ਕਮੇਟੀ ਮੈਂਬਰ ਨੇ, ਉਹਨਾਂ ਵੱਲੋਂ ਇਹ ਸਾਰਾ ਸਪੋਂਸਰ ਕੀਤਾ ਗਿਆ ਵਾ। ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਵਾਂ ਅਤੇ ਇਸ ਦੇ ਨਾਲ ਨਾਲ ਹੀ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਸਾਰੇ ਪ੍ਰੋਗਰਾਮ ਇਹ ਲਾਈਵ ਬ੍ਰੌਡਕਾਸਟ ਕਰ ਰਹੇ ਨੇ। ਗੁਰੂ ਪਾਤਸ਼ਾਹ ਕਿਰਪਾ ਕਰੇ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਗੁਰਬਾਣੀ ਵਿੱਚ ਲਿਖਿਆ ਕੱਲ ਜੋ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ, ਐਸਾ ਕੀਰਤਨ ਕਰ ਮਨ ਮੇਰੇ ਈਹਾਂ ਊਹਾਂ ਜੋ ਕੰਮ ਤੇਰੇ, ਹਰ ਦਿਨ ਰਹਿਣ ਕੀਰਤਨ ਗਾਈਏ ਫਿਰ ਕੀ ਹੋਵੇਗਾ ਬੋਹੜ ਨਾ ਜੋਨੀ ਪਾਈਏ। ਆਹ ਸਾਡੇ ਪਾਸ ਬਹੁਤ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਪਹੁੰਚ ਗਏ ਨੇ, ਉਹਨਾਂ ਨੂੰ ਬੇਨਤੀ ਵੀ 9:15 ਤੱਕ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨ, ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ। ਸੋ ਕੱਲ੍ਹ ਦਾ ਪ੍ਰੋਗਰਾਮ ਭੁੱਲਿਓ, ਕੱਲ੍ਹ ਦਾ ਪ੍ਰੋਗਰਾਮ ਥੋੜ੍ਹਾ ਐਕਸਟੈਂਡ ਕੀਤਾ ਵਾ ਕਿਉਂਕਿ ਸਾਡੇ ਛੁੱਟੀ ਹੈ। ਸੋ ਕੱਲ੍ਹ ਨੂੰ